ਸ੍ਰੀਕਲ ਜੀ ਪੀਟੀਸੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਦਿਲ ਖੋਲ ਕੇ ਸਵਾਗਤ ਹੈ ਜੀ ਤੁਹਾਡੇ ਆਪਣੇ ਗੁਰਜੀਤ ਸਿੰਘ ਦੇ ਵੱਲੋਂ ਐਂਡ ਵੈਲਕਮ एवरीवन ਇਨ ਯਰ ਫੇਵਰਿਟ ਸ਼ੋ ਪੀਟੀਸੀ ਸ਼ੋਕੇਸ ਪਰ ਮੇਤਰੋ ਅੱਜ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਜੀ ਪੰਜਾਬੀ 뮤직 ਇੰਡਸਟਰੀ ਦੀ ਕੈਂਟ ਜੱਟੀ ਦੇ ਨਾਲ ਜਿਹਦਾ ਪਿੱਛਾ ਕਰਦੇ ਕਰਦੇ ਕੈਂਟ ਸਰਦਾਰ ਲਗਾ ਰਿਹਾ ਜੀ ਉਹਨਾਂ ਦੇ ਪਿੰਡ ਦੇ ਗੇੜੇ ਤੁਸੀਂ ਸਹੀ ਅੰਦਾਜ਼ਾ ਲਗਾ ਰਹੇ ਹੋ ਮੈਂ ਗੱਲ ਕਰ ਰਿਹਾ ਜੀ ਰੁਪਿੰਦਰ ਹਾਂਡਾ ਜੀ ਦੀ ਆਫਰ ਕਰਦੇ ਹਾਂ ਉਹਨਾਂ ਨਾਲ ਖਾਸ ਮੁਲਾਕਾਤ ਰੁਪਿੰਦਰ ਜੀ ਸਤਿ ਸ਼੍ਰੀ ਅਕਾਲ ਤੇ ਬਹੁਤ-ਬਹੁਤ ਸਵਾਗਤ ਹੈ ਪੀਟੀਸੀ ਸ਼ੋਅ ਕਿਸ ਵਿੱਚ ਤੁਹਾਡਾ ਸਤਿ ਸ਼੍ਰੀ ਅਕਾਲ ਗੁਰਜੀਤ ਜੀ ਆ ਰਿਹਾ ਜਿੰਨੇ ਵੀ ਸਾਨੂੰ ਇਸ ਵੇਲੇ ਪੀਟੀਸੀ ਚੈਨਲ ਦੇ ਰਾਹੀਂ ਦੇਖ ਰਹੇ ਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮਤਲਬ ਘੈਂਟ ਜੱਟੀ ਹੁਣ ਪਿੰਡ ਦੇ ਗੇੜੇ ਲਾਉਣ ਲੱਗ ਗਏ ਹਨ ਕਿ ਨਹੀਂ ਦੇਖੋ ਜਿੱਦਾਂ ਜਿੱਦਾ ਆਡੀਅנס ਦੀ ਡਿਮਾਂਡ ਹੁੰਦੀ ਹੈ ਉਹਦਾ ਕਰਨਾ ਵਾਕੇ ਵਾਕੇ ਸਭ ਤੋਂ ਪਹਿਲਾਂ ਮੁਬਾਰਕਾਂ ਬਹੁਤ ਵਧੀਆ ਤੁਹਾਡਾ ਉਹ ਗੀਤ ਜਾ ਰਿਹਾ ਇੰਫੈਕਟ ਸਾਰੇ ਸਰਾਰੇ ਨੇ ਬੜੇ ਹੀ ਸਾਦਗੀ ਨਾਲ ਬਣਿਆ ਹੋਇਆ ਹੈ ਤੇ ਤੁਸੀਂ ਪੇਸ਼ ਕਰਛ ਜਿਹੜੀ ਹੈਗੇ ਵੀਡੀਓ ਵੀ ਹੈ ਉਹ ਵੀ ਬਹੁਤ ਖੂਬਸੂਰਤ ਬਣੀ ਹੋਈ ਹੈ ਥੈਂਕ ਯੂ ਤੇ ਆਪਾਂ ਪਿੰਡ ਦੇ ਕਿਹੜੇ ਤੱਕ ਵੀ ਜਾਵਾਂਗੇ ਉਸ ਗੀਤ ਤੱਕ ਜਿਹੜਾ ਸੁਪਰ ਡੂਪਰ ਹਿੱਟ ਜਾ ਰਿਹਾ ਹੈ ਕਰੰਟਲੀ ਤੇ ਸ਼ੁਰੂਆਤੀ ਦੌਰ ਤੋਂ ਕਰਦੇ ਹਾਂ ਕਿ ਜਦੋਂ ਸ਼ੁਰੂ ਕੀਤਾ ਸੀ ਤੇ ਹੁਣ ਤੱਕ ਤੁਸੀਂ ਆਪਣਾ ਮੁਕਾਮ ਹਾਸਿਲ ਕੀਤਾ ਆਪਣੇ ਆਪ ਵਿੱਚ ਇੱਕ ਅਚੀਵਮੈਂਟ ਹੈ ਕੁੜੀ ਦੇ ਲਈ ਕੁੜੀਆਂ ਦੇ ਵਿੱਚ ਜਿਹੜਾ ਫੀਮੇਲ ਸਿੰਗਰਸ ਹੈ ਉਹਨਾਂ ਨੂੰ ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਵੇਖ ਕੇ ਜਾਂ ਤੁਹਾਡੇ ਤੋਂ ਬਾਅਦ ਕਿੰਨੇ ਹੋਰ ਫੀਮੇਲ ਸਿੰਗਰਸ ਉੱਭਰ ਕੇ ਆਈਆਂ ਨੇ ਤੇ ਪੇਰੈਂਟਸ ਕਿੰਨੇ ਕੰਫਰਟੇਬਲ ਹੋਗੇ ਇਸ ਚੀਜ਼ ਨਾਲ ਆਈ ਥਿੰਕ ਜਦੋਂ ਮੈਂ ਸ਼ੁਰੂ ਕੀਤਾ ਸੀ ਰਿਐਲਿਟੀ ਸ਼ੋ ਤੋਂ ਮੇਰੀ ਇੰਡਸਟਰੀ ਦੇ ਵਿੱਚ ਐਂਟਰੀ ਹੋਈ ਆ ਪਹਿਲੀ ਐਲਬਮ 2006 ਦੇ ਵਿੱਚ ਕੀਤੀ ਆ ਉਸ ਵੇਲੇ ਫੀਮੇਲ ਸਿੰਗਰ ਤਾਂ ਸ਼ੁਰੂ ਤੋਂ ਹੀ ਚੱਲਦਾ ਹੀ ਆ ਰਿਹਾ ਹੈ ਦੌਰ ਤਾਂ ਅੱਜ ਤੱਕ ਕਿਨ 40 ਸਾਲ ਪਹਿਲਾਂ ਦੀ ਗੱਲ ਕਰੀਆ सुरेंद्र ਕੌਰ ਜੀ ਪ੍ਰਕਾਸ਼ ਕੌਰ ਜੀ ਉਸ ਤੋਂ ਬਾਅਦ ਇੱਕ ਲੰਬੀ ਲਿਸਟ ਹੈਗੀ ਆ ਫੀਮੇਲ ਸਿੰਗਰਸ ਦੀ ਪਰ ਵਿੱਚ ਜੀ ਆ ਕੇ ਇੱਕ ਮਾਹੌਲ ਇਦਾਂ ਦਾ ਆਇਆ ਕਿ ਫੀਮੇਲ ਸਿੰਗਰਸ ਦੀ ਗਿਣਤੀ ਬਹੁਤ ਘੱਟ ਹੋ ਗਈ ਸਹੀ ਹੈ ਤੇ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਉਸ ਵੇਲੇ ਗਿਣ ਕਿਵੇਂ ਖਿਆਲ ਇੰਡਸਟਰੀ ਦੇ ਵਿੱਚ ਤਿੰਨ ਜਾਂ ਚਾਰ ਨਾਮ ਸੀਗੇ ਰਾਈਟ ਔਰ ਉਹਨਾਂ ਦੇ ਵਿੱਚੋਂ ਵੀ ਕੰਟੀਨਿਊਟੀ ਦੇ ਵਿੱਚ ਕੋਈ ਵੀ ਨਹੀਂ ਆ ਰਿਹਾ ਸੀ ਕਦੇ ਐਲਬਮ ਆ ਗਈ ਕਦੇ ਨਹੀਂ ਆ ਗਈ ਤਾਂ ਇਸ ਤਰ੍ਹਾਂ ਸੀਗਾ ਪਰ ਹੁਣ ਮੇਖਿਆਲ ਇਕ ਤਰ੍ਹਾਂ ਸੋਸ਼ਲ ਮੀਡੀਆ ਉਹਨੇ ਬਹੁਤ ਈਜ਼ੀ ਕਰ ਦਿੱਤਾ ਸਿੰਗਿੰਗ ਸਿੰਗਿੰਗ ਯਾ ਆਪਣੇ ਟੈਲੈਂਟ ਨੂੰ ਰੱਖਣ ਦਾ ਆਡੀਅנס ਦੇ ਅੱਗੇ ਰੱਖਣ ਦਾ ਇੱਕ ਜ਼ਰੀਆ ਬਹੁਤ ਈਜ਼ੀ ਈਜ਼ੀ ਜ਼ਰੀਆ ਹੈਗਾ ਤੇ ਹੁਣ ਉਸ ਤੋਂ ਬਾਅਦ ਹੁਣ ਬਹੁਤ ਫਰਕ ਪੈ ਗਿਆ ਔਰ ਹੁਣ ਇਸ ਵੇਲੇ ਆਈ ਥਿੰਕ YouTube ਤੇ ਬਹੁਤ ਸਾਰੀਆਂ ਕੁੜੀਆਂ ਨੂੰ ਅਸੀਂ ਦੇਖ ਸਕਦੇ ਹਾਂ ਜੋ ਆਪਣੇ ਸਿੰਗਿੰਗ ਦੇ ਵੀਡੀਓਜ਼ ਵਿੱਚ ਪਾਉਂਦੀਆਂ ਔਰ ਸੁਣਨ ਨੂੰ ਮਿਲ ਰਿਹਾ ਤੇ ਹੁਣ ਮੇਰੇ ਖਿਆਲ ਕੰਪੀਟੀਸ਼ਨ ਦੇ ਵਿੱਚ ਬਹੁਤ ਸਾਰੀ ਕੁੜੀਆਂ ਹੈਗੀਆਂ ਮਤਲਬ ਇੱਕ ਚੇਂਜ ਜਿਹਾ ਮਿਲ ਗਿਆ ਜਦੋਂ ਤੇ ਇਨਫੈਕਟ ਕਹਿ ਸਕਦੇ ਹਾਂ ਜਦੋਂ ਤੁਸੀਂ ਰਿਐਲਿਟੀ ਸ਼ੋਅ ਵਿਨ ਕੀਤਾ ਕਿ ਨਹੀਂ ਉਸ ਤੋਂ ਬਾਅਦ ਉਸ ਵੇਲੇ ਘੱਟ ਸੀਗਾ ਪਰ ਹੁਣ ਕੁੜੀਆਂ ਬਹੁਤ ਆ ਰਹੀਆਂ ਸਿੰਗਿੰਗ ਦੇ ਵਿੱਚ ਰਾਈਟ ਰਾਈਟ ਅੱਛਾ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਐਲ্ডার ਬ੍ਰਦਰ ਸੀਗੇ ਉਹ 뮤직 ਨਾਲ ਤਾਲੁਕ ਰੱਖਦੇ ਸੀ ਕਿਤਨਾ ਕਿਤੇ ਹਾਂਜੀ ਰੱਖਦੇ ਆ ਸਿੱਖਣ ਦੀ ਗੱਲ ਉੱਥੋਂ ਸ਼ੁਰੂ ਹੋਈ ਸੀ ਜਾਂ ਫਿਰ ਐਕਚੁਅਲੀ ਘਰ ਦੇ ਵਿੱਚ ਮਾਹੌਲ ਸੀਗਾ ਇਹ ਨਹੀਂ ਕਿ ਕੋਈ ਗਾਉਂਦਾ ਸੀਗਾ ਮੇਰੇ ਬ੍ਰਦਰ ਨੂੰ ਬਹੁਤ ਸ਼ੌਂਕ ਸੀਗਾ ਗਾਉਣ ਦਾ ਤੇ ਮੈਂ ਹੁਣ ਆਬਵੀਅਸਲੀ ਘਰ ਦੇ ਵਿੱਚ ਜਦੋਂ ਟੇਪ ਰਿਕਾਰਡਰ ਚੱਲ ਰਿਹਾ ਹੈ ਗਾਣੇ ਸੁਣੇ ਜਾ ਰਹੇ ਤੇ ਜਿਹੜੇ ਗਾਣੇ ਬ੍ਰਦਰ ਨੇ ਸੁਨੇ ਉਹੀ ਮੈਂ ਸੁਣਦੀ ਸੀਗੀ ਤੇ ਉਸ ਤੋਂ ਬਾਅਦ ਪਾਪਾ ਨੂੰ ਵੀ ਸ਼ੌਂਕ ਸੀ ਉਹਨਾਂ ਨੇ ਕਦੇ ਰੋਕਿਆ ਨਹੀਂਗਾ ਕਿ ਨਹੀਂ ਗਾਣਾ ਨਹੀਂਗਾ ਬੁਰੀ ਚੀਜ਼ ਹੈ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀ ਘਰ ਦੇ ਵਿੱਚ ਤੇ ਬ੍ਰਦਰ ਨੂੰ ਦੇਖਾ ਦੇਖੀ ਫਿਰ ਮੈਂ ਵੀ ਗੁੰਗਨਾਉਂਦੀ ਰਹਿੰਦੀ ਸੀ ਫਿਰ ਸਕੂਲ ਦੇ ਵਿੱਚ ਕੰਪੀਟੀਸ਼ਨਸ ਹੁੰਦੇ ਸੀਗੇ ਤਾਂ ਪ੍ਰਿੰਸੀਪਲ ਮੈਮ ਨੇ இந்து ਦੇਵ ਗੁੰਜੀ ਉਹਨਾਂ ਨੇ ਮੈਨੂੰ ਇੱਕ ਕੰਪੀਟੀਸ਼ਨ ਲਈ ਉਹਨਾਂ ਨੇ ਤਿਆਰ ਕੀਤਾ ਮੈਂ ਖਿਆਲ ਨਾਲ ਭਜਨ ਗਾਇਆ ਸੀ ਪਹਿਲਾ ਤੇ ਉਹ ਫਿਰ ਜਦੋਂ ਮੈਂ ਗਈ ਤਾਂ ਮੇਰਾ ਕੋਈ ਪ੍ਰਾਈਜ਼ ਨਹੀਂ ਆਇਆ ਅ ਫਿਰ ਮੈਂ ਸੋਚ ਕੇ ਗਈ ਕਿ ਅਗਲੇ ਸਾਲ ਮੈਂ ਫਰਸਟ ਆਣਾ ਹੈ ਓਕੇ ਪਰ ਮੈਂ 4 ਸਾਲ ਲਗਾਤਾਰ ਉਸ ਕੰਪੀਟੀਸ਼ਨ ਦੇ ਵਿੱਚ ਜਾਂਦੀ ਰਹੀ ਅਲੱਗ-ਅਲੱਗ ਕੰਪੀਟੀਸ਼ਨਸ ਹੁੰਦੇ ਸੀ ਸਕੂਲ ਲੈਵਲ ਕਦੇ ਕਿਸੇ ਸਕੂਲ 'ਚ ਹੁੰਦਾ ਸੀ ਕਦੇ ਕਿਸੇ ਸਕੂਲ 'ਚ ਤੇ ਪਰ ਕੰਪੀਟੀਟਰ ਉਹੀ ਹੁੰਦੇ ਸੀਗੇ ਉਹੀ ਸਕੂਲਸ ਉਹੀ ਸਟੂਡੈਂਟਸ ਸਭ ਉਹੀ ਸਿੰਗਰਸ ਤੇ ਇੱਕ ਮੁੰਡਾ ਸੀਗਾ ਉਹਦੇ ਉਹ ਹਰ ਸਾਲ ਮੈਨੂੰ ਹਰਾ ਦਿੰਦਾ ਸੀ ਮੈਂ ਸੈਕੰਡ ਆਉਂਦੀ ਸੀ ਉਹ ਫਰਸਟ ਆਉਂਦਾ ਸੀ ਤਾਂ ਮੇਰੇ ਮਨ 'ਚ ਬਹਿ ਗਿਆ ਕਿ ਮੈਂ ਹੁਣ ਇਹਨੂੰ ਹਰਾਉਣਾ ਹੈ ਹਾਂ ਹਾਂ ਤੇ 4 ਸਾਲ ਬਾਅਦ ਜਾ ਕੇ ਮੈਂ ਉਹਨੂੰ ਹਰਾਇਆ ਮੈਂ ਫਰਸਟ ਆਈ ਤੇ ਬਸ ਉਸ ਤੋਂ ਬਾਅਦ ਫੇਰ ਤਾੜੀਆਂ 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 ਵਜੀਆਂ ਪਰ ਹਾਂਜੀ ਪਰ ਮੇਰੇ ਦਿਲ ਨੂੰ ਬੜੀ ਤਸੱਲੀ ਸੀ ਕਿ ਤਾੜੀਆਂ ਜਿੰਨੀਆਂ ਵਜੀਆਂ ਉਹ ਇੱਕ ਵੱਖਰੀ ਗੱਲ ਹੈ ਪਰ ਮੇਰੇ ਦਿਲ ਨੂੰ ਬੜੀ ਤਸੱਲੀ ਸੀ ਕਿ ਮੈਂ ਜਿਹੜੀ ਜਿਸ ਚੀਜ਼ ਨੂੰ ਦਿਲ 'ਚ ਬਿਠਾਇਆ ਕਿ ਮੈਂ ਪੂਰਾ ਕਰਨਾ ਤੇ ਮੈਂ ਉਸ ਚੀਜ਼ 'ਚ ਪੂਰੀ ਉਤਰੀ ਔਰ ਉਸ ਤੋਂ ਬਾਅਦ ਫੇਰ ਪਿੱਛੇ ਮੁੜ ਕੇ ਨਹੀਂ ਦੇਖਿਆ ਰਿਐਲਿਟੀ ਸ਼ੋਜ਼ ਦੀ ਵੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਪਾਪਾ ਔਰ ਮੇਰੇ ਪ੍ਰਿੰਸੀਪਲ ਮੈਮ ਮੇਰੇ ਫਰੈਂਡ ਸਰਕਲ ਜਿੰਨਾ ਵੀ ਸੀਗਾ ਸਾਰਿਆਂ ਨੇ ਨੂੰ ਮੋਟੀਵੇਟ ਕੀਤਾ ਔਰ ਫਿਰ ਮੈਂ ਉਹਦੇ ਚ ਗਈ ਫਿਰ ਉੱਥੋਂ ਇੱਕ ਇੱਕ ਰਾਹ ਮਿਲ ਗਿਆ ਅਚਾ ਰਾਹ ਮਿਲ ਗਿਆ ਤੇ ਮੁਕਾਮ ਤੇ ਤੁਸੀਂ ਪਹੁੰਚ ਗਏ ਕਿ ਨਹੀਂ ਅੱਜ ਤੁਹਾਨੂੰ ਮਤਲਬ ਬਾਹਰ ਦੇ ਸ਼ੋਜ਼ ਲਈ ਵੀ ਆਫਰ ਆਉਂਦੀਆਂ ਨੇ ਇੱਥੇ ਤਾਂ ਆਬਵੀਅਸਲੀ ਤੁਸੀਂ ਸ਼ੋਜ਼ ਕਰਦੇ ਹੀ ਕਰਦੇ ਹੋ ਪਰ ਇੱਥੇ ਤੱਕ ਪਹੁੰਚਣ ਦੇ ਲਈ ਇੱਕ ਫੀਮੇਲ ਦੇ ਲਈ ਖਾਸ ਤੌਰ ਤੇ ਕਿ ਨਹੀਂ ਇਹ ਕੁਐਸਚਨ ਪਹਿਲਾਂ ਵੀ ਤੁਹਾਨੂੰ ਅਕਸਰ ਪੁੱਛਿਆ ਜਾਂਦਾ ਹੋਣਾ ਤੇ ਇਹ ਇੱਕ ਖਾਸ ਤੌਰ ਤੇ ਇੱਕ ਫੀਮੇਲ ਦੇ ਲਈ ਕਿੰਨੀ ਸਟਰਗਲ ਰਹਿੰਦੀ ਆ ਆਪਣੇ ਆਪ ਨੂੰ ਇੱਕ ਫੀਲਡ ਦੇ ਵਿੱਚ ਸਥਾਪਿਤ ਕਰਨਾ ਆਈ ਥਿੰਕ ਇੱਕ ਚੀਜ਼ ਸ਼ਾਇਦ ਕੋਈ ਹੋਰ ਇਸ ਗੱਲ ਨੂੰ ਐਕਸੈਪਟ ਕਰੇ ਨਾ ਕਰੇ ਪਰ ਮੈਂ ਟੀਵੀ ਤੇ ਇਹ ਚੀਜ਼ ਨੂੰ ਐਕਸੈਪਟ ਕਰ ਰਹੀ ਹਾਂ ਕਿ ਫੀਮੇਲ ਸਿੰਗਰਸ ਨੂੰ ਹਲੇ ਵੀ ਡੋਮਿਨੇਟ ਕੀਤਾ ਜਾਂਦਾ ਜਦੋਂ ਸ਼ੋਜ਼ ਦੀ ਗੱਲ ਹੁੰਦੀ ਹੈ ਅਗਰ ਮੁੰਡਾ ਕੋਈ ਸਿੰਗਰ ਹੈਗਾ ਤੇ ਅਗਰ ਉਹ ਉਹ ਕਹਿੰਦਾ ਕਿ ਮੈਂ 7 ਲੱਖ ਲੈਣੇ ਆ ਤਾਂ ਉਹਨੂੰ 7 ਲੱਖ ਮਿਲਦੇ ਆ ਔਰ ਫੀਮੇਲ ਸਿੰਗਰ ਅਗਰ ਡਿਮਾਂਡ ਅਗਰ ਉਹਦੀ ਡਿਮਾਂਡ ਹੁੰਦੀ ਹੈ ਤੇ ਕਹਿੰਦੇ ਨਹੀਂ ਪਰ ਤੁਸੀਂ ਕਦੇ ਵੀ ਇੰਟਰਵਿਊ ਲਾਉਂਗੇ ਤੇ ਤੁਹਾਨੂੰ ਕੋਈ ਵੀ ਮੇਲ ਸਿੰਗਰ ਤੁਹਾਡੇ ਸਾਹਮਣੇ ਬੈਠਾ ਹੋਊਗਾ ਤੇ ਉਹ ਕਹੂਗਾ ਨਹੀਂ ਜੀ ਕੁੜੀਆਂ ਤਾਂ ਆਹੀ ਚੱਲ ਜਾਂਦੀਆਂ ਕੁੜੀਆਂ ਦੇ ਗਾਣੇ ਤਾਂ ਬਹੁਤ ਚੱਲਦੇ ਆ ਜੀ ਇੱਕ ਛੋਟੀ ਜੀ ਕਲਿੱਪ ਪਾ ਦੇ ਉਹੀ ਬੜੀ ਦੁਨੀਆ ਦੇਖਦੀ ਹੈ ਪਰ ਆਪੋਜੀਟ ਐਸ ਚੀਜ਼ ਦੇ ਬਿਲਕੁਲ ਮੇਰੇ ਖਿਆਲ ਨਾਲ ਸਟਰਗਲ ਜ਼ਿਆਦਾ ਹੈ ਕੁੜੀਆਂ ਦੇ ਲਈ ਕੁੜੀਆਂ ਲਈ ਥੋੜਾ ਔਖਾ ਹੁੰਦਾ ਕਿਉਂਕਿ ਲਿਮਿਟੇਸ਼ਨਸ ਹੁੰਦੀਆਂ ਉੱਥੇ ਤੇ ਕਾਫੀ ਚੀਜ਼ਾਂ ਨੂੰ ਸੋਚ ਕੇ ਚੱਲਣਾ ਪੈਂਦਾ ਤਾਂ ਕਿਤੇ ਨਾ ਕਿਤੇ ਡੋਮিনেਟਿੰਗ ਹੈਗਾ ਤੇ ਫਿਰ ਜੇ ਫਰਜ਼ ਕਰੋ ਕੋਈ ਫੀਮੇਲ ਸਿੰਗਰ ਹੈਗੀ ਜਿਹੜੀ ਕਿ ਅਪਕਮਿੰਗ ਹੈ ਅਪਕਮਿੰਗ ਨਹੀਂ ਹੈਗੀ ਜਿਹੜੀ ਕਿ ਗ로우 ਕਰ ਰਹੀ ਹੈ ਹੌਲੀ ਹੌਲੀ ਇੰਡਸਟਰੀ ਵਿੱਚ ਤਾਂ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਤੁਸੀਂ ਆਪਣੇ ਐਕਸਪੀਰੀਅੰਸ ਨਾਲ ਕਿਹੜੀਆਂ-ਕਿਹੜੀਆਂ ਗੱਲਾਂ ਦਾ ਉਹਨਾਂ ਨੂੰ ਖਿਆਲ ਰੱਖਣਾ ਚਾਹੀਦਾ ਇਸ ਫੀਲਡ ਵਿੱਚ ਆਉਣ ਦੇ ਲਈ ਟੂ ਬੀ ਓਨੈਸਟ ਮੈਂ ਜਦੋਂ ਸ਼ੁਰੂ ਕੀਤਾ ਸੀਗਾ ਸਿੰਗਿੰਗ ਉਸ ਵੇਲੇ 2006 'ਚ ਮੇਰੀ ਪਹਿਲੀ ਐਲਬਮ ਆਈ ਤੇ ਮੈਂ ਸ਼ੋਜ਼ ਨਹੀਂ ਕੀਤੇ ਆ 2009 ਤੱਕ ਮੈਂ ਕੋਈ ਸ਼ੋਜ਼ ਨਹੀਂ ਕੀਤੇ ਹਾਂ 2006 7 8 9 4 ਸਾਲ ਮੈਂ ਸ਼ੋਜ਼ ਨਹੀਂ ਕੀਤੇ ਜਿਹੜਾ ਇੱਕ ਸਿੰਗਰ ਦਾ ਗਰੋ ਕਰਨ ਦਾ ਟਾਈਮ ਹੁੰਦਾ ਮੈਂ ਉਸ ਟਾਈਮ ਸ਼ੋਜ਼ ਨਹੀਂ ਕੀਤੇ ਔਰ 2010 ਚ ਜਾ ਕੇ ਮੈਂ ਪਹਿਲੀ ਵਾਰ ਸ਼ੋਜ਼ ਕੀਤੇ ਜਿਹੜਾ ਮੈਂ ਸਿੱਧਾ ਕੈਨੇਡਾ ਹੀ ਅੱਛੇ ਪਰਫਾਰਮ ਕੀਤਾ ਜਾ ਕੇ ਤੇ ਉਹ ਗੈਪ ਦਾ ਕੀ ਗੱਲ ਹੈ ਇੰਡੀਆ ਦੇ ਵਿੱਚ ਮੈਂ ਬਹੁਤ ਘੱਟ ਪਰਫਾਰਮ ਕੀਤਾ ਸੀ ਗੈਪ ਕਾਫੀ ਸੀਗਾ ਪਰ ਮੈਨੂੰ ਉਸ ਚੀਜ਼ ਦਾ ਕੋਈ ਦੁੱਖ ਨਹੀਂ ਹੈਗਾ ਨਾ ਕੋਈ ਰਿਗਰਟ ਹੈਗਾ ਕਿਉਂਕਿ ਉਸ ਟਾਈਮ ਦੇ ਵਿੱਚ ਮੈਂ ਆਪਣੀ ਸਟੱਡੀ ਕੰਪਲੀਟ ਕੀਤੀ ਆ ਇਨ ਬਿਟਵੀਨ ਮੈਂ ਐਲਬਮਸ ਵੀ ਕੀਤੀਆਂ 2006 'ਚ ਮੇਰੀ ਪਹਿਲੀ ਐਲਬਮ ਆਈ ਸੀ ਮੇ ਰਹਿਾਨੀਆਂ 2009 'ਚ ਜਾ ਕੇ ਫਿਰ ਮੈਂ ਦੂਸਰੀ ਐਲਬਮ ਕੀਤੀ ਸੀ ਫੁਲਕਾਰੀਆਂ ਓਕੇ ਤੇ ਗੁਰਚਨ ਵਿਰਖ ਪਾਜੀ ਉਹਨਾਂ ਨੇ ਬਹੁਤ ਹੈਲਪ ਕੀਤੀ ਸੀਗੀ ਤੇ ਉਹ ਉਸ ਐਲਬਮ ਦੇ ਪੂਰੇ ਗਾਣੇ ਬਹੁਤ ਬਹੁਤ ਸਨਾਨਾ ਮਿਲੀ ਸੀ ਉਹਨਾਂ ਗਾਣਿਆਂ ਨੂੰ ਤੇਰੀ ਮੇਰੀ ਨਹੀਂ ਵੀ ਜਾਂਦੀ ਤਾਂ ਕਰਕੇ ਜਾਂ ਸਾਨੂੰ ਤੇਰੇ ਦੁੱਖ ਨੇ ਲੈ ਬੈਣਾ ਤੇ ਬਹੁਤ ਅੱਛਾ ਉਸ ਵੇਲੇ ਰਿਸਪੌਂਸ ਮਿਲੇਆ ਮੈਨੂੰ ਦਾ 뮤직 뮤직 ਨੂੰ ਵੀ ਬਹੁਤ ਵਧੀਆ ਰਿਸਪੌਂਸ ਮਿਲੇਆ ਵਿਸ਼ਾਲ ਕੇਖਣਾ ਉਹਨਾਂ ਨੇ ਕੀਤਾ ਸੀ ਤੇ ਇਹਦੇ ਇਲਾਵਾ ਫਿਰ ਜਦੋਂ 2010 ਚ ਜਾ ਕੇ ਮੈਂ ਪਰਫਾਰਮ ਕੀਤਾ ਤੇ ਮੈਨੂੰ ਕੈਨੇਡਾ ਦੀ ਆਡੀਅੰਸ ਨੇ ਬਹੁਤ ਪਿਆਰ ਦਿੱਤਾ ਓਕੇ ਅ ਫਿਰ ਉਸ ਤੋਂ ਬਾਅਦ ਇਸ ਵਲ ਸੋ ਪਹਿਲਾ ਤੁਹਾਡਾ ਦੌਰਾ ਸੀਗਾ ਮੈਨੂੰ ਟੂਰ ਸੀਗਾ ਪਹਿਲਾ ਪਹਿਲਾ ਸੀਗਾ ਹਾਂਜੀ 2010 ਚ ਫਿਰ ਇੱਕ ਮਹੀਨੇ ਬਾਅਦ ਦੁਬਾਰਾ ਫਿਰ ਮੈਂ ਕੈਨੇਡਾ ਗਈ ਪਰਫਾਰਮ ਕਰਨ ਲਈ ਪੂਰੇ ਕੈਨੇਡਾ ਚ ਸ਼ੋ ਕੀਤੇ ਫਿਰ ਵੈਰੀ ਨਾਈਸ ਵੀ ਬਈ ਮਤਲਬ ਉਦੋਂ ਇੱਕ ਬਾਹਰ ਦਾ ਜਿਹੜਾ ਹੈਗੀ ਆਡੀਅੰਸ ਜਿਹੜਾਂ ਲੱਗੀ ਨਾ ਲਾਈਵ ਆਡੀ ਲਾਈਵ ਸ਼ੋ ਫਿਰ ਉਸ ਤੋਂ ਬਾਅਦ ਹਰ ਸਾਲ ਹੀ ਅ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਲਿਕ ਚਲਦਾ ਹੀ ਰਿਹਾ ਓਕੇ ਨਹੀਂ ਜਿਹੜੀਆਂ ਹੁਣ ਮਤਲਬ ਮੈਥਨ ਉਹ ਜਿਹੜੀਆਂ ਕੁੜੀਆਂ ਸਿੱਖ ਰੀਆਂ ਨੇ ਕਿ ਨਹੀਂ ਅੱਗੇ ਆਉਣਾ ਚਾਹੁੰਦੀਆਂ ਨੇ ਸੋ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਕੀ ਵੇ ਆਊਟਸ ਨੇ ਕਿ ਅਦਾ ਹਾਉ ਦੇ ਸ਼ੁੱਡ ਪ੍ਰੋਸੀਡ ਕਿ ਤਾ ਫੇਸਬੁੱਕ YouTube ਹੋ ਗਿਆ ਟਿਕ ਟਕ ਵਾਲੀ ਗੱਲ ਮੇਰੇ ਹਿਸਾਬ ਨਾਲ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਸ ਵੇਲੇ ਬਹੁਤ ਔਖਾ ਸੀਗਾ ਤੇ ਅੱਜ ਮੇਰੇ ਖਿਆਲ ਆਡੀਅנס ਆਪੇ ਹੀ ਬੜੀ ਸਿਆਣੀ ਐ ਇਵਨ ਜਿਹੜੇ ਯੰਗਸਟਰ ਆ ਰਹੇ ਆ ਇਸ ਫੀਲਡ 'ਚ ਸ਼ਾਇਦ ਸਾਨੂੰ ਉਹਨਾਂ ਤੋਂ ਸਿੱਖਣਾ ਚਾਹੀਦਾ ਹਾ ਹ ਮਤਲਬ ਕਿ ਕਿੱਦਾਂ ਪ੍ਰਸੀਡ ਕਰਦੇ ਆ ਆਡੀਅנס ਕਿਉਂਕਿ ਉਹਨਾਂ ਨੇ ਰਾਹ ਕਿਤਨਾ ਕਿਤਨਾ ਬਣਾ ਹੀ ਲਿਆ ਸਾਨੂੰ ਅਸੀਂ ਸਟਰਗਲ ਕਰਕੇ ਅੱਗੇ ਆਏ ਆ ਪਰ ਆ ਬੜਾ ਸ਼ਾਰਟਕਟ ਵੀ ਹੋ ਗਿਆ ਅੱਜਕੱਲ ਆਈ ਥਿੰਕ ਰਾਤੋ ਰਾਤ ਵਾਲਾ ਸਟਾਰ ਬਣਨ ਲੱਗ ਗਿਆ ਅੱਜਕੱਲ ਇਹ ਤਾਂ ਹੈ ਬਿਲਕੁਲ ਤੇ ਬਹੁਤ ਸੋਖਾ ਹੋ ਗਿਆ ਸੋ ਮੈਂ ਕਹਿੰਨੀ ਆ ਕਿ ਸਾਨੂੰ ਯੰਗਸਟਰਸ ਨੂੰ ਸਿੱਖਣਾ ਚਾਹੀਦਾ ਮਤਲਬ ਉਹ ਦਿਲਚਸਪਮੰਨਾ ਨਾ ਗੱਲ ਨਹੀਂ ਜਿਹੜੇ ਹੁਣ ਸਾਡੇ ਤੋਂ ਬਾਅਦ ਆਏ ਮਤਲਬ ਕੰਪੀਟੀਸ਼ਨ ਵੀ ਅੱਗੇ-ਅਗੇ ਦੇਣ ਵਾਲੇ ਨੇ ਸਾਰੇ ਸਿੱਖਣਾ ਵੀ ਚਾਹੀਦਾ ਜਿੱਥੋਂ ਸਾਨੂੰ ਸਿੱਖਣ ਨੂੰ ਮਿਲਦਾ ਕੁਝ ਵੀ ਸਿੱਖਣਾ ਚਾਹੀਦਾ ਰਾਈਟ ਰਾਈਟ ਵੈਲ ਸਿੱਖ-ਸਿੱਖ ਕੇ ਇਹ ਨਾਮ ਅੱਜ ਹਰੇਕ ਦੀ ਜ਼ੁਬਾਨ ਤੇ ਆ ਗਿਆ ਹਰੇਕ ਦੇ ਦਿਲ ਵਿੱਚ ਹੈਗਾ ਰੁਪਿੰਦਰ ਹਾਂਡਾ ਇਹਨਾਂ ਨਾਲ ਆਪਾਂ ਗੱਲ ਕਰਾਂਗੇ ਜੀ ਅੰਦ ਤੁਸੀਂ ਕਿਤੇ ਨਾ ਜਾਓ ਜੀ ਇੱਕ ਨਿੱਕੀ ਜਿਹੀ ਆਪਾਂ ਬ੍ਰੇਕ ਲੈਂ ਇੱਕ ਤੋਂ ਬਾਅਦ ਮੈਥਰ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੀਟੀਸੀ ਸ਼ੋਅ ਕਿ ਇਸ ਤੁਸੀਂ ਦੇਖ ਰਹੇ ਹੋ ਤੇ ਅੱਜ ਆਪਾਂ ਮੁਲਾਕਾਤ ਕਰ ਰਹੇ ਹਾਂ ਰੁਪਿੰਦਰ ਹਾਂਡਾ ਜੀ ਨਾਲ ਰੁਪਿੰਦਰ ਜੀ ਤੁਹਾਡਾ ਨਵਾਂ ਟਰੈਕ ਜਿਹਦੇ ਬਾਰੇ ਸ਼ੁਰੂਆਤ ਵਿੱਚ ਮੈਂ ਜ਼ਿਕਰ ਕੀਤਾ ਸੀਗਾ ਪਿੰਡ ਦੇ ਗੇੜੇ ਕਿ ਨਹੀਂ ਤੇ ਬਹੁਤ ਪਿਆਰਾ ਗੀਤ ਸ਼ੂਟ ਵੀ ਬਹੁਤ ਪਿਆਰਾ ਹੋਇਆ ਇਹਦੇ ਬਾਰੇ ਵੀ ਕਹਿਣਾ ਪੈਗਾ ਇੱਕ ਇੱਕ ਡਿਫਰੈਂਟ ਐਂਗਲਸ ਨਾਲ ਸ਼ੂਟ ਕੀਤਾ ਕਿ ਨਹੀਂ ਸਭ ਤੋਂ ਪਹਿਲਾਂ ਦੱਸੋ ਕਿਹਨਾਂ ਨੇ ਸ਼ੂਟ ਕੀਤਾ ਤੇ ਹਾਂਜੀ ਇਹਦਾ ਆ ਇੱਕ ਆਈਡੀਆ ਸੀ ਇਹਦਾ ਰੀਲ ਫਾਰਮਰਸ ਨੇ ਸ਼ੂਟ ਕੀਤਾ ਤੇ ਕਨਸੈਪਟ ਅਸੀਂ ਸਾਰਿਆਂ ਨੇ ਮਿਲ ਕੇ ਬਣਾਇਆ ਕਨਸੈਪਟ ਐਕਚੁਅਲੀ ਬਣਾ ਆਪਣੇ ਆਪ ਬਣਦਾ ਗਿਆ ਮੈਂ ਸਿਰਫ ਉਹਨਾਂ ਨੂੰ ਇਹੀ ਕਿਹਾ ਕਿ ਮੈਨੂੰ ਚਾਹੀਦਾ ਵਰਡ ਟੂ ਵਰਡ ਸ਼ੂਟ ਕਰਨਾ ਹੈ ਇਹਨੂੰ ਜਿਸ ਤਰ੍ਹਾਂ ਕਿਉਂਕਿ ਉਹਦੇ ਚ ਸਟੋਰੀ ਦੀ ਕੋਈ ਜਗ੍ਹਾ ਹੀ ਨਹੀਂ ਸੀਗੀ ਗਾਣਾ ਆਪਣੇ ਆਪ ਚ ਸਟੋਰੀ ਹੈ ਕਿ ਨਿਰੰਦਰ ਬਾਟ ਹਾਂਜੀ ਨਿਰੰਦਰ ਬਾਟ ਉਹਨਾਂ ਨੇ ਲਿਖਿਆ ਔਰ ਉਹਨਾਂ ਦਾ ਕੋਈ ਵੀ ਗਾਣਾ ਤੁਸੀਂ ਚੱਕ ਲਓ ਸਟੋਰੀ ਆਪਣੇ ਆਪ ਹੀ ਬਣਦੀ ਜਾਂਦੀ ਹੈ ਉਹਨਾਂ ਦੇ ਗਾਣਿਆਂ ਦੇ ਵਿੱਚ ਤੇ ਅਸੀਂ ਜਿਸ ਤਰ੍ਹਾਂ ਲਿਰਿਕ ਸੀਗੇ ਉਸੇ ਹਿਸਾਬ ਨਾਲ ਸ਼ੂਟ ਕੀਤਾ ਔਰ ਬਹੁਤ ਅੱਛਾ ਉਹਨਾਂ ਨੇ ਕੰਮ ਕੀਤਾ ਰੀਲ ਫਾਰਮਰਸ ਨੇ ਅਸੀਂ ਕੀਤਾ ਸੀ ਚੰਡੀਗੜ੍ਹ ਦੇ ਨਾਲ ਹੀ ਪਿੰਡ ਸੀਗਾ ਉੱਥੇ ਹੀ ਨਾਲ ਹੀ ਸ਼ੂਟ ਕੀਤਾ ਸੀਗਾ ਪਿੰਡ 'ਚ ਔਰ ਕੋਸ਼ਿਸ਼ ਸੀਗੀ ਕਿ ਸਿੰਪਲ ਬਣਾਈਏ ਕਿ ਇੱਕ ਆਮ ਜੀ ਕੁੜੀ ਸਿੰਪਲ ਜੀ ਕੁੜੀ ਆ ਤੇ ਹਰੇਕ ਬੰਦੇ ਨੂੰ ਲੱਗੇ ਕਿ ਮੇਰੀ ਗੱਲ ਹੋ ਰਹੀ ਹੈ। ਰਾਈਟ 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 ਹੈ। ਤੇ ਬੜੀ ਖੂਬਸੂਰਤੀ ਨਾਲ ਸਿੰਪਲਿਸਿਟੀ ਦੇ ਵਿੱਚ ਮਤਲਬ ਉਹਦੇ ਦਾਇਰੇ ਵਿੱਚ ਰੱਖਿਆ ਉਹਨਾਂ ਨੇ ਸ਼ੂਟ ਕੀਤਾ। ਹਾਂਜੀ। ਤਾਂ ਉਹ ਬਹੁਤ ਬਾਖੂਬੀ ਤੁਸੀਂ ਬੋਲੇ। ਆਈ ਥਿੰਕ ਉਸ ਸਿੰਪਲਿਸਿਟੀ ਪਸੰਦ ਕੀਤੀ ਲੋਕਾਂ ਨੇ। ਵੀਡੀਓ ਦਾ ਪਸੰਦ ਕਰਨ ਦਾ ਕਾਰਨ ਆਈ ਥਿੰਕ ਉਹੀ ਸੀਗਾ ਔਰ ਇੱਕ ਜਿਹੜੇ ਉਹਦੇ ਸਿੰਗ ਪਾਰਟ ਸੀ ਚੁਲਬੁਲਾਪਨ ਜਿਹੜਾ ਤੁਰਦੇ ਫਿਰਦੇ ਗਲੀਆਂ ਦੇ ਵਿੱਚ ਮੈਂ ਸਿੰਗ ਰਿਹਾ ਉਹ ਗਾਉਂਦੇ ਤੁਰਦੇ ਫਿਰਦੇ ਗਾਉਣਾ ਉਹ ਚੀਜ਼ ਸ਼ਾਇਦ ਬਹੁਤ ਅੱਛਾ ਇਹ ਨਿਰੰਦਰ ਬਾਦ ਬਾਈ ਕੋਲ ਤਾਂ ਹੋਰ ਵੀ ਬਹੁਤ ਸਾਰੇ ਗੀਤ ਪੈਣੇ ਹਨ। ਤੇ ਤੁਹਾਡੇ ਕੋਲ ਹੀ ਬਹੁਤ ਸਾਰੇ ਆਪਸ਼ਨ ਸੀਗੇ ਕਿ ਨਹੀਂ ਤਾਂ ਇਹ ਤੁਹਾਡੇ ਤੁਹਾਨੂੰ ਦੇਖ ਕੇ ਤੁਹਾਡੇ ਨਾਲ ਡਿਸਕਸ ਕਰਕੇ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ ਜਾਂ ਉਹਨਾਂ ਕੋਲ ਆਲਰੇਡੀ ਪਿਆ ਸੀ ਤੁਸੀਂ ਉਹਨਾਂ ਨੂੰ ਕਿਹਾ ਵੀ ਮੈਨੂੰ ਇਹ ਚਾਹੀਦਾ ਐਕਚੁਅਲੀ ਮੈਂ ਇੱਕ ਦਿਨ ਉਹਨਾਂ ਨੂੰ ਸ਼ਾਮੀ ਬੈਠੇ ਵੈਸੀ ਫੋਨ ਕੀਤਾ ਕਿ ਗਾਣਾ ਮੈਨੂੰ ਚਾਹੀਦਾ ਕੋਈ ਓਕੇ ਤੇ ਉਹਨਾਂ ਨੇ ਮੈਨੂੰ ਦੋ ਗਾਣੇ ਸੁਣਾਏ ਇੱਕ ਇੱਕ ਗਾਣਾ ਉਹ ਵੀ ਲਵ Song ਹੀ ਸੀਗਾ ਤੇ ਰੋਮਾਂਟਿਕ Song ਸੀਗਾ ਥੋੜਾ ਮੈਂ ਕਿਹਾ ਮੈਨੂੰ ਬੀਟ ਚਾਹੀਦਾ ਤਾਂ ਉਹਨਾਂ ਨੇ ਫਿਰ ਆਹ ਗਾਣਾ ਸੁਣਾਇਆ ਐਕਚੁਅਲੀ ਇਹ ਮੁੰਡੇ ਦੇ ਵੱਲੋਂ ਲਿਖਿਆ ਹੋਇਆ ਸੀ ਉਹਨਾਂ ਨੇ ਗਾਣਾ ਆਹਾਂ ਤੇ ਮੈਨੂੰ ਕਹਿੰਦੇ ਕਿ ਮੈਨੂੰ ਤੁਸੀਂ ਥੋੜਾ ਟਾਈਮ ਦੋ ਮੈਂ ਤੁਹਾਨੂੰ ਮਾਰਨਿੰਗ ਫੋਨ ਕਰਦਾ ਕੱਲ ਨੂੰ ਤੇ ਮੈਂ ਇਹਨੂੰ ਕੁੜੀ ਦਾ ਗਾਣਾ ਬਣਾ ਕੇ ਤੁਹਾਨੂੰ ਸੁਣਾਉਂਗਾ ਅੱਛਾ ਜੀ ਕੁੜੀ ਦੇ ਕੁੜੀ ਦੇ ਵੱਲੋਂ ਜੀ ਜੀ ਤੇ ਫਿਰ ਉਹਨਾਂ ਨੇ ਅਗਲੇ ਦਿਨ ਮੈਨੂੰ ਫੋਨ ਕੀਤਾ ਕਹਿੰਦੇ ਆਹ ਗਾਣਾ ਬਣਿਆ ਮੈਂ ਕਿਹਾ ਥੋੜਾ ਮੈਨੂੰ ਦੇਸੀ ਲੱਗਦਾ ਮੈਂ ਇਦਾਂ ਦਾ ਕਦੇ ਗਾਇਆ ਨਹੀਂ अटेम्प्ट ਨਹੀਂ ਕੀਤਾ ਇਦਾਂ ਦਾ ਕਹਿੰਦੇ ਨਹੀਂ ਇਹ ਤੁਸੀਂ ਗਾਓ ਤੇ ਮੈਂ ਗਾਰੰਟੀ ਦਿੰਦਾ ਇਹ ਗਾਣਾ ਹਿੱਟ ਜਾਊਗਾ ਓਕੇ ਤੇ ਉਹਨਾਂ ਨੂੰ ਬਹੁਤ ਕੰਫੀਡੈਂਸ ਸੀਗਾ ਤੇ ਸੀਕਰੂ ਉਹਨਾਂ ਦੇ ਸਟੂਡੀਓ ਸੀ ਮਿਲੇ ਮੈਂ ਡਮੀ ਉੱਥੇ ਰਿਕਾਰਡ ਕਰ ਦਿੱਤੇ ਉਹ ਕਹਿੰਦੇ ਜਾਓ ਤੁਸੀਂ ਬਸ ਇਹੀ ਕਰਾਂਗੇ ਗਾਣਾ ਮੈਂ ਕਹਿੰਦੀ ਇੱਕ ਵਾਰੀ ਫਿਰ ਵੀ ਸੋਚ ਲਓ ਮੈਂ ਬਹੁਤ ਬਹੁਤ ਕੰਫਿਊਜ਼ ਸੀ ਕਿ ਕਰਾਂ ਨਾ ਕਰਾਂ ਮੈਂ ਕੰਫੀਡੈਂਟ ਨਹੀਂ ਸੀ ਗਾਣੇ ਤੇ ਕਿਉਂਕਿ ਮੈਂ ਮੈਨੂੰ ਇਹ ਹੁੰਦਾ ਕਿ ਜੋ ਚੀਜ਼ ਮੈਂ ਪਰਫੈਕਸ਼ਨ ਦੇ ਨਾਲ ਗਾ ਸਕਾਂ ਜਾਂ ਮੈਂ ਉਹਨੂੰ ਵਧੀਆ ਤਰੀਕੇ ਨਾਲ ਨਿਭਾ ਸਕਾਂ ਮੈਨੂੰ ਐ ਲੱਗ ਰਿਹਾ ਸੀ ਅੰਦਰ ਅੰਦਰ ਚਾੱਕਾ ਜਾ ਸੀ ਕਿ ਮੈਂ ਇਦਾਂ ਦਾ ਕਦੇ ਗਾਇਆ ਨਹੀਂਗਾ ਥੋੜਾ ਦੇਸੀ ਟੱਚ ਸੀਗਾ ਗਾਣੇ ਦੇ ਵਿੱਚ ਔਰ ਬੜਾ ਸਿੱਧਾ ਸਿੱਧਾ ਜਿਹਾ ਗਾਣਾ ਸੀ ਤੇ ਮੈਂ ਕਿਹਾ ਮੈਨੂੰ ਨਹੀਂ ਲੱਗ ਰਿਹਾ ਆਪਾਂ ਕੁਝ ਹੋਰ ਦੇਖ ਲੈਨੇ ਆ ਕਹਿੰਦੇ ਪਣੇ ਤੁਸੀਂ ਬੇਫਿਕਰ ਰਹੋ ਤੁਸੀਂ ਜਾਓ ਕਰੇ ਮौजਾਂ ਕਰੋ ਕਹਿੰਦੇ ਤੁਹਾਨੂੰ 4 ਦਿਨਾਂ ਅੰਚ ਗਾਣਾ ਮਿਲ ਜਾਊਗਾ ਐਗਜ਼ੈਕਟ 4 ਦਿਨਾਂ ਅੰਚ ਮੈਨੂੰ ਗਾਣਾ ਮਿਲ ਗਿਆ ਮੈਨੂੰ ਹਲੇ ਵੀ ਯਾਦ ਹੈ ਦੀਵਾਲੀ ਵਾਲੇ ਦਿਨ ਮਿਲਿਆ ਸੀ ਮੈਨੂੰ ਗਾਣਾ ਇਹ ਗਾਣਾ ਸੀ ਅਕਟੂਬਰ ਚ ਰੈਡੀ ਕਰ ਲਿਆ ਸੀਗਾ ਪਰ ਮੌਸਮ ਖਰਾਬ ਸੀ ਸਰਦੀਆਂ ਇਸ ਵਾਰ ਬਹੁਤ ਲੰਮੀਆਂ ਹੋ ਗਈਆਂ ਨਾਲੇ ਫੋਗੀ ਬਹੁਤ ਸੀ ਦਾ ਸ਼ੂਟ ਅਸੀਂ ਬਹੁਤ ਲੇਟ ਕੀਤਾ ਫਿਰ ਮਾਰਚ ਵਿੱਚ ਅਸੀਂ ਸ਼ੂਟ ਕੀਤਾ ਤੇ ਜਾ ਕੇ ਫਿਰ 3-4 ਮਹੀਨੇ ਹੋਰ ਪੈ ਗਏ ਦਾ ਜੂਨ ਚ ਜਾ ਕੇ ਜੁਲਾਈ ਚ ਜਾ ਕੇ ਰਿਲੀਜ਼ ਹੋਇਆ ਮਤਲਬ ਕਹਿੰਦੇ ਸਹਿਜ ਪੱਕੇ ਸੋ ਮੀਠਾ ਤੇ ਉਹੀ ਗੱਲ ਆਪਣੇ ਨਾਲ ਹੋਈ ਹੈ ਕਿ ਜਿਨ੍ਹਾਂ ਜਿਨਾਂ ਨੂੰ ਮੈਂ ਸੁਣਾਇਆ ਸੀ ਗੀਤ ਜਬ ਕਿਉਂਕਿ ਫੋਨ 'ਚ ਹੀ ਹੁੰਦਾ ਸੀ ਨਾਰਮਲੀ ਤੇ ਸਾਰੇ ਕਹਿੰਦੇ ਇਹ ਕਦੋਂ ਆਉਣਾ ਹੈ ਗੀਤ ਜਦੋਂ ਵੀ ਸੁਣਾਇਏ ਤੇ ਉਸ ਗੀਤ ਦੀ ਗੱਲ ਹੁੰਦੀ ਸੀ ਤੇ ਫਾਈਨਲੀ ਜਦੋਂ ਆਇਆ ਤੇ ਸਭ ਨੇ ਬਹੁਤ ਪਿਆਰ ਦਿੱਤਾ ਗਾਣੇ ਬਾਕੀ ਜੋ ਆਕੇ ਦੇਸੀ ਗਾਣਾ ਤੇ ਦੇਸੀ ਕ੍ਰਿਊ ਦੀ ਤੁਸੀਂ ਗੱਲ ਕੀਤੀ ਹੈ ਕਿ ਨਹੀਂ ਉਹਨਾਂ ਬਾਰੇ ਆਪਾਂ ਇਹ ਤੋਂ ਪਹਿਲਾਂ ਗੱਲ ਕਰੀਏ ਮੈਂ ਕਿਹਾ ਉਹਨਾਂ ਦੇ ਗਾਣੇ ਆਪਾਂ ਸਾਰੇ ਜਣੇ ਸੁਣ ਵੀ ਲਈਏ ਤੇ ਬਾਅਦ 'ਚ ਦੇਖਾਂਗੇ ਫਿਲਹਾਲ ਸਭ ਨੇ ਸੁਣੀ ਮੇਰੇ ਪਿੰਡ ਦੇ ਗੇੜੇ ਮਾਰਦਾ ਮੁੰਡਾ ਬਿਨਾ ਵਜਾ ਤੋਂ ਫਿਰਦਾਨੀ ਮੈਂ ਵੀ ਦੇਖਦੀ ਕੀ ਬਾਤ ਹੈ ਗਿਆ ਗਾਣਾ ਸੁਣ ਕੇ ਉਹ ਵੀਡੀਓ ਜਿਹੜੀ ਹੈ ਨਾ ਖਾਸ ਤੌਰ ਤੇ ਬਹੁਤ ਪਿਆਰੀ ਸ਼ੂਟ ਹੋਈ ਤੇ ਵੀਡੀਓ ਚੱਲਦੀ ਹੈ ਤੁਹਾਡੇ ਸਾਹਮਣੇ ਜੀ ਜੀ ਆਲੇ ਨਾਲ ਤੇ ਦੇਸੀ ਕ੍ਰਿਊਜ਼ ਨਾਲ ਤੁਸੀਂ ਰਲ ਕੇ ਐਕਸਪੈਰੀਮੈਂਟਿਕ ਨਵਾਂ ਐਕਸਪੈਰੀਮੈਂਟ ਕੀਤਾ ਪਹਿਲਾ Song ਹਾਂਜੀ ਉਹਨਾਂ ਦੇ ਨਾਲ ਤੇ ਉਹ ਉਹਨਾਂ ਨਾਲ ਕਿਦਾਂ ਦਾ ਰਿਹਾ ਕੰਮ ਕਰਨਾ ਐਕਸਪੀਰੀਅੰਸ ਤੁਹਾਡਾ ਮੈਂ ਉਹਨਾਂ ਨੂੰ ਇੱਕ ਵਾਰੀ ਮਿਲੀ ਹਾਂ ਸਟੂਡੀਓ ਗਏ ਆ ਸੀ ਰਿਕਾਰਡ ਕੀਤਾ ਉਸ ਤੋਂ ਬਾਅਦ ਫਾਈਨਲ ਵੋਕਲ ਕਰਨ ਗਏ ਆ। ਓਕੇ। ਅ ਬਸ ਇੰਨੀ ਸਾਡੀ ਮੀਟਿੰਗ ਹੋਈ ਆ। ਅ ਕੰਮ ਜਿੰਨੇ ਉਹਨਾਂ ਨੇ ਕਿਹਾ ਮੈਨੂੰ 15 ਦਿਨ ਚ ਮਿਲ ਗਿਆ। ਹਾਂ ਹਾਂ। ਅ ਬਾਕੀ ਉਹਨਾਂ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਅੱਛਾ ਰਿਹਾ। ਇੱਕ ਵਿੱਚ ਆਪਣੇ ਟੈਗ ਲਾਈਨ ਦੇਸੀ ਕ੍ਰੂ ਉਹ ਪਾ ਕੇ ਰੱਖ ਦੇਗੇ ਨੇ। ਹਾਂਜੀ ਹਾਂਜੀ ਉਹਨਾਂ ਦੀ ਫਿਰ ਪਹਿਚਾਣ ਹੈ। ਉਹਨਾਂ ਦੀ ਇੱਕ ਸਿਗਨੇਚਰ ਬਣੀ ਹੋਈ ਆ। ਔਰ ਮੈਂ ਕਿਹਾ ਉਹਨਾਂ ਦੀ ਇਸ ਚੀਜ਼ ਦੀ ਹਰ ਇੱਕ ਬੱਚੇ ਨੂੰ ਵੀ ਪਹਿਚਾਣ ਹੋ ਗਈ ਆ ਦੇਸੀ ਕ੍ਰੂ ਦਾ ਗਾਣਾ ਹੈ ਤੇ ਵਧੀਆ ਹੀ ਹੋਊਗਾ ਪਰ ਇੱਕ ਇੱਕ ਨਾਲ ਤੁਹਾਡੇ ਟੈਗ ਜੁੜ ਜਾਂਦਾ ਔਰ ਉਹਨਾਂ ਦੀ ਇੱਕ ਆਪਣੀ ਪਹਿਚਾਨ ਬਣ ਚੁੱਕੀ ਹੈ ਬਿਲਕੁਲ ਮੈਂ ਤਾਂ ਹੀ ਸੀਗਾ ਮੈਂ ਕਿਹਾ ਉਹਨਾਂ ਦਾ ਇੱਕ ਸਿਗਨੇਚਰ ਆਪਣਾ ਹੈਗਾ ਤਾਂ ਸਟਾਈਲ ਵੀ ਨੋ ਡਾਊਟ ਤੇ ਕ੍ਰੀਏਟੀਵਿਟੀ ਵੀ ਇੱਕ ਡਿਫਰੈਂਟ ਹੁੰਦੀ ਹੈ ਕਿ ਨਹੀਂ ਹਾਂ ਜੀ ਤਾਂ ਓਵਰਆਲ ਇੱਕ ਉਸ ਟੀਮ ਨੂੰ ਸਾਰੀ ਦੇਸੀ ਕਰੋ ਨਿਰੰਦਰ ਬਾਟਰੀਲ ਫਾਰਮਰਸ ਤੇ ਰੁਪਿੰਦਰ ਹੰਡਾ ਤਾਂ ਇਸ ਜਲਦੀ ਇੱਕ ਹੋਰ ਟਰੈਕ ਲੈ ਕੇ ਆਵਾਂਗੇ ਆਹਾਂ ਸੇਮ ਟੀਮ ਦੇ ਨਾਲ ਸੋ ਜਿਹੜੇ ਫਿਊਚਰ ਤੁਹਾਡੇ ਮਤਲਬ ਫੈਨਸ ਉਹਨਾਂ ਲਈ ਫਿਊਚਰ ਵਿੱਚ ਤੁਸੀਂ ਇਹ ਦੱਸ ਰਹੇ ਹੋ ਟੀਜ਼ ਕਰ ਰਹੇ ਹੋ ਹਲਕਾ ਜਿਹਾ ਕਿ ਹੋਰ ਨਵਾਂ ਕੁਝ ਆ ਰਿਹਾ ਹੈ ਇਹ ਸਾਰੀ ਟੀਮ ਲੈ ਕੇ ਸੀ ਐਕਟ ਕੀਤਾ ਉਹ ਵੀ ਬਾਖਮਾਲ ਕੀਤਾ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਇਹਨੇ ਕਿਹਾ ਯਾਰ ਬਹੁਤ ਸੋਹਣਾ ਮਤਲਬ ਫਾਬਦਾ ਹੈਗਾ ਸਾਰਾ ਤਾਂ ਇੱਥੋਂ ਇੱਥੋਂ ਇਹ ਵੀ ਕਿਹਾ ਨੇ ਵਾਸ਼ਣ ਕੀਤਾ ਸੀਗਾ ਤੇ ਮੈਨੂੰ ਵੀ ਕਈ ਪੁੱਛ ਰਹੇ ਸੀ ਕਹਿੰਦੇ ਆਹ ਸਵਾਲ ਵੀ ਆਪਾਂ ਪੁੱਛਣਾ ਵੀ ਸਿੰਗਿੰਗ ਨਾਲ ਹੁਣ ਐਕਟਿੰਗ ਵੱਲ ਵੀ ਤਾਂ ਨਹੀਂ ਕਿਤੇ ਵੀ ਧਿਆਨ ਦਿੱਤਾ ਜਾ ਰਿਹਾ ਐਕਟਿੰਗ ਦਾ ਸ਼ੌਕ ਬਿਲਕੁਲ ਨਹੀਂ ਹੈ ਹਾਂ ਹਾਂ ਅ ਫਿਲਮਾਂ 'ਚ ਆਉਣ ਦਾ ਕੋਈ ਵਿਚਾਰ ਨਹੀਂ ਹੈ ਅ ਪਰ ਜਿੰਨਾ ਕ ਵੀ ਇੱਕ ਆਰਟਿਸਟ ਆਈ ਥਿੰਕ ਲੋਕਾਂ ਨੇ ਪਿੰਡ ਦੇ ਗੇੜੇ ਤੋਂ ਬਹੁਤ ਮੇਰੇ ਖਿਆਲ ਉਸ ਤੋਂ ਬਾਅਦ ਉਮੀਦਾਂ ਇੱਕ ਹੁੰਦੀਆਂ ਆ ਆਡੀਅנס ਨੂੰ ਬਹੁਤ ਹੈ ਕਿ ਨੈਕਸਟ ਵੀਡੀਓ ਚ ਵੀ ਇਹਨਾਂ ਨੂੰ ਅਸੀਂ ਦੇਖਾਂਗੇ ਸੋ ਵੀਡੀਓ ਦੇ ਵਿੱਚ ਜ਼ਰੂਰ ਮੈਂ ਦਿਖਿਆ ਕਰੂੰਗੀ ਪਰ ਫਿਲਹਾਲ ਮੇਰਾ ਕੋਈ ਫਿਲਮਸ ਕਰਨ ਦਾ ਜਾਂ ਮੂਵੀਜ਼ ਦੇ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਹੈ ਮੈਨੂੰ ਜਿੰਨੀ ਕਿ ਰਿਕੁਆਇਰਮੈਂਟ ਹੈਗੀ ਹੈ ਵੀਡੀਓਜ਼ ਨੂੰ ਲੈ ਕੇ ਗਾਣਿਆਂ ਨੂੰ ਲੈ ਕੇ ਮੇਰੇ ਖਿਆਲ ਰੱਬ ਨੇ ਮੇਰੇ ਹਿੱਸੇ ਗਾਣਾ ਲਿਖਿਆ ਤੇ ਇਹਦੇ ਚ ਪਰਫੈਕਸ਼ਨ ਦੇ ਨਾਲ ਕੰਮ ਕਰਦੇ ਰਹੀਏ ਮੇਰੇ ਖਿਆਲੋਂ ਬਹੁਤ ਹੈ ਬਿਲਕੁਲ ਆਪਣੀ ਕਲਾ ਦੇ ਨਾਲ ਤੁਸੀਂ ਕਹਿੰਦੇ ਜੈਨੂਅਲੀ ਮੈਂ ਇਧਰ ਹੀ ਪ੍ਰਸੀਡ ਕਰਨਾ ਤੇ ਇਹਨੂੰ ਹੀ ਆਪਣਾ ਪੂਰਾ ਟਾਈਮ ਦੇਣਾ ਹੈਗਾ ਬਸ ਦੋਸਤੋ ਰੁਪਿੰਦਰ ਹਾਂਡਾ ਜੀ ਤੋਂ ਆਪਾਂ ਹੋਰ ਵੀ ਗੀਤ ਸੁਣਨੇ ਆ ਨਾਲ ਦੀ ਨਾਲ ਇਹਨਾਂ ਦੇ ਬਾਕੀ ਜਿਹੜੇ ਹਿੱਟ ਸੌਂਗਸ ਹੈਗੇ ਨੇ ਸੁਪਰ ਹਿੱਟ ਸੌਂਗਸ ਨੇ ਉਹਨਾਂ ਬਾਰੇ ਵੀ ਆਪਾਂ ਗੱਲਾਂ ਕਰਨੀਆਂ ਨੇ ਤੁਸੀਂ ਕਿਤਨਾ ਜਾਜ ਇੱਕ ਹੋਰ ਨਿੱਕੀ ਜਿਹੀ ਬ੍ਰੇਕ ਬਸ ਪਿੰਡ ਦੇ ਗੇੜੇ ਲੱਗਿਆ ਸੀ ਫਿਰ ਵਾਪਸ ਮੜ ਕੇ ਆਉਨੇ ਆ ਮਿਲਦੇ ਆਂ ਬ੍ਰੇਕ ਤੋਂ ਬਾਅਦ ਬੇਤਵਾ ਜੀ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੀਟੀਸੀ ਸ਼ੋਅ ਕੇ ਤੁਸੀਂ ਦੇਖ ਰਹੇ ਹੋ ਤੇ ਮੁਲਾਕਾਤ ਆਪਾਂ ਕਰ ਰਹੇ ਹਾਂ ਜੀ ਰੁਪਿੰਦਰ ਹਾਂਡਾ ਜੀ ਨਾਲ ਰੁਪਿੰਦਰ ਜੀ ਹੁਣ ਆਪਾਂ ਪਹਿਲਾਂ ਸੈਗਮੈਂਟ ਵਿੱਚ ਹਲਕਾ ਜਿਹਾ ਆਪਾਂ ਐਕਟਿੰਗ ਦਾ ਜ਼ਿਕਰ ਕਰਕੇ ਅਟੇ ਜੀ ਤੁਸੀਂ ਆ ਵੀ ਐਕਟਿੰਗ ਦਾ ਮੇਰੇ ਕੋਲ ਇੱਕ ਲਿਮਿਟੇਸ਼ਨ ਆ ਤੇ ਮੈਂ ਉਹਦੇ ਵਿੱਚ ਹੀ ਰਹਿ ਕੇ ਵੀਡੀਓਜ਼ ਨੂੰ ਲੈ ਕੇ ਹੀ ਉਹਦੇ ਵਿੱਚ ਐਕਸਪੈਰੀਮੈਂਟ ਕਰ ਜਨੇ ਹੁਣ ਗੱਲ ਜੇ ਸਟਾਈਲਿੰਗ ਦੀ ਕਰੀ ਆਪਾਂ ਤਾਂ ਤੁਹਾਡਾ ਸਟਾਈਲ ਵੀ ਇੱਕ ਜਿਹਦਾ ਵਾਕੀ ਦੇ ਫੀਮੇਲ ਆਰਟਿਸਟ ਨੇ ਉਹਨਾਂ ਤੋਂ ਡਿਫਰੈਂਟ ਹੈਗਾ ਨੋ ਡਾਊਟ ਦਾ ਇਹ ਸਟਾਈਲਿੰਗ ਦਾ ਕੀ ਰਾਜ਼ ਆ ਮੇਰੇ ਤੁਹਾਡੀ ਆਪਣੀ ਇਹਦੇ ਚ ਕ੍ਰੀਏਟੀਵਿਟੀ ਹੁੰਦੀ ਹੈ ਜਾਂ ਕਿਸੇ ਹੋਰ ਦਾ ਇਨਪੁਟ ਵੀ ਆ ਐਕਚੁਅਲੀ ਜੋ ਮੈਂ ਹਾਂ ਜਿੱਦਾਂ ਦੀ ਹਾਂ ਮੈਂ ਸਕਰੀਨ ਤੇ ਵੀ ਉਦਾਂ ਦੀ ਦਿਖਦੀ ਆਂ ਔਰ ਹਮੇਸ਼ਾ ਇੱਕ ਕੋਸ਼ਿਸ਼ ਕਰਦੀ ਆਂ ਕਿ ਪਿੱਛੇ ਜੋ ਕੀਤਾ ਉਸ ਤੋਂ ਅਗਲੇ ਗੀਤ ਵਿੱਚ ਜਾਂ ਅਗਲੇ ਐਲਬਮ ਦੇ ਵਿੱਚ ਕੁਝ ਡਿਫਰੈਂਟ ਕਰਨ ਦੀ ਕੋਸ਼ਿਸ਼ ਕਰਾਂ ਅਮ ਪਹਿਲੀ ਐਲਬਮ ਚ ਮੈਨੂੰ ਕੁਝ ਨਹੀਂ ਪਤਾ ਸੀ ਜਦੋਂ ਮੇਰੇ ਹਾਨੀਆਂ ਕੀਤੀ ਸੀ ਕਿ ਕਿੱਦਾਂ ਦੇ ਗਾਣੇ ਕਰਨੇ ਆ ਕਿੱਦਾਂ ਦੀ ਲੁਕਸ ਹੋਣਗੀਆਂ ਜੋ ਮੈਨੂੰ ਕਿਸੇ ਨੇ ਕਹਿਤਾ ਕਿ ਆ ਪਾਉਣਾ ਤੁਸੀਂ ਉਹ ਪਾ ਲਿਆ ਅੱਛਾ ਜੀ ਬਹੁਤ ਇਨੋਸੈਂਟ ਸੀ ਤੇ ਮੈਨੂੰ ਨਹੀਂ ਪਤਾ ਸੀ ਕੀ ਕੀ ਕਰਨਾ ਹੈ ਔਰ ਕੀ ਕੀਤਾ ਆ ਸੈਕੰਡ ਐਲਬਮ ਦੇ ਵਿੱਚ ਮੈਂ ਪੂਰੀ ਮੇਰੀ ਇਨਵੋਲਵਮੈਂਟ ਸੀ ਮੈਂ ਸੌਂਗਸ ਵੀ ਆਪਣੀ ਚੋਇਸ ਦੇ ਆ ਟੀਮ ਟੀਮਵਰਕ ਹੁੰਦਾ ਕੀਤਾ ਜੀ ਆ ਉਹਦੇ ਵਿੱਚ ਵੀ ਸਿੰਪਲ ਜਿਹਾ ਮੇਰਾ ਕਿਉਂਕਿ ਮੈਂ ਹਾਂ ਹੀ ਸਿੰਪਲ ਤੇ ਮੈਂ ਸਿੰਪਲੀ ਆਪਣੀ ਲੁੱਕ ਰੱਖੀ ਉਹਦੇ ਵਿੱਚ ਆ ਫਿਰ ਕਹਿੰਦੇ ਕਿ ਸਮੇ ਦੇ ਨਾਲ ਨਾਲ ਤੁਹਾਨੂੰ ਚੇਂਜ ਹੋਣਾ ਚਾਹੀਦਾ ਆ ਹੁਣ ਮੇਰੇ ਖਿਆਲ ਜਿਹੜਾ ਦੌਰ ਚੱਲ ਰਿਹਾ ਹੈ ਬਹੁਤ ਯੂਥ ਔਰੀਐਂਟਡ ਹੈਗਾ রাইਟ ਅਸੀਂ ਅਗਰ ਅੱਜ ਕੋਈ ਆਰਟਿਸਟ ਹਿਟ ਜਾਂ ਫਲॉप ਹੈ ਤਾਂ ਉਹ ਯੂਥ ਨੇ ਦੱਸਣਾ ਹੈ ਬਿਲਕੁਲ ਸਹੀ ਹੈ ਕਿਉਂਕਿ ਟਾਈਮ ਹੈ ਨਾ ਚੇਂਜ ਹੋ ਗਿਆ ਕਿ YouTube ਆ ਗਿਆ ਚੈਨਲ ਦੇਖਣ ਦਾ ਜਾਂ ਚੈਨਲਸ ਤੇ TV ਦੇ ਅੱਗੇ ਹਰ ਵੇਲੇ ਬੈਠਣ ਦਾ ਮੇਰੇ ਖਿਆਲ ਸਾਰਿਆਂ ਕੋਲ ਵੀ ਟਾਈਮ ਨਹੀਂ ਹੁੰਦਾ ਸਿਰਫ ਇੱਕ ਬਜ਼ੁਰਗਾਂ ਨੂੰ ਛੱਡ ਦੋ ਜਿਹੜੇ ਉਹ ਵੀ ਜਿਹੜੇ 60 ਪਲੱਸ ਹੈਗੇ ਆ ਉਹ ਬੈਠ ਕੇ ਟੀਵੀ ਦੇਖਦੇ ਉਹ ਵੀ ਦੇਖਦੇ ਆ ਤਾਂ ਆਈ ਥਿੰਕ ਪੀਟੀਸੀ ਦੇ ਗੁਰਬਾਣੀ ਚੈਨਲ ਹੀ ਦੇਖਦੇ ਆ ਜਦੋਂ ਗੁਰਬਾਣੀ ਆਉਂਦੀ ਆ ਓਕੇ ਤੇ ਬਾਕੀ ਰਹਿ ਗਿਆ ਯੂਥ ਉਹਨਾਂ ਨੇ ਕੀ ਦੇਖਣਾ YouTube Facebook ਉਹਨਾਂ ਨੇ ਇੱਥੇ ਤਾਂ ਸਾਨੂੰ ਉਸ ਚੀਜ਼ ਨੂੰ ਕੈਪਚਰ ਕਰਨਾ ਬਹੁਤ ਜ਼ਰੂਰੀ ਹੈ ਰਾਈਟ ਤਾਂ ਉਹਦੇ ਲੈਸ ਦੇ ਵਿੱਚ ਫਿਰ ਮੈਂ ਕੀਤਾ ਕੀ ਕਰਾਂ ਅ ਇੱਕ ਨਵੀਂ ਲੁੱਕ ਦੇ ਨਾਲ ਕੁਝ ਡਿਫਰੈਂਟ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਸੂਟ ਦੇ ਵਿੱਚ ਤਾਂ ਅਸੀਂ ਹੋਰ ਵੀ ਫੀਮੇਲ ਸਿੰਗਰਜ਼ ਆਉਂਦੀਆਂ ਸੂਟ ਦੇ ਵਿੱਚ ਕੁਝ ਡਿਫਰੈਂਟ ਕਰੀਏ ਕਿ ਪੰਜਾਬ ਚ ਮੇਰੇ ਖਿਆਲ ਉਹ ਪਹਿਲੀ ਵਾਰ ਸੀਗਾ ਕਿ ਕਿਸੇ ਨੇ ਉਸ ਤਰ੍ਹਾਂ ਦੀ ਲੁੱਕ ਨੂੰ ਅਟੈਂਪਟ ਨਹੀਂ ਕੀਤਾ ਸੀਗਾ ਤਾਂ ਫਿਰ ਤੇਰੇ ਦਿਲ ਵਿੱਚ ਰਹਿਣਾ ਉਹਦੇ ਚ ਵੀ ਇੱਕ ਡਿਫਰੈਂਟ ਵੀਡੀਓ ਦੇ ਵਿੱਚ ਕੁਝ ਡਿਫਰੈਂਟ ਕਰਨ ਦੀ ਕੋਸ਼ਿਸ਼ ਕੀਤੀ ਸੀ ਚੱਲਦੇ ਟਰਾਲੇ ਦੇ ਉੱਤੇ ਪਰਫਾਰਮ ਕੀਤਾ ਸੀਗਾ ਬਿਲਕੁਲ ਸਹੀ ਗੱਲ ਆ ਉਦੋਂ ਮਾਈਕ ਰੱਖ ਕੇ ਇੰਨਾ ਸਾਰਾ ਗੋਜਾਂ ਬੜਾ ਟਫ ਸੀਗਾ ਉਹ ਵੀ ਡਿੱਗਦੇ ਡਿੱਗਦੇ ਹੀ ਬਚੀ ਸੀ ਬਾਦੇ ਚ ਵੀ ਉਹ ਬੈਲੈਂਸ ਬੁਲੈਂਸ ਕਰਨਾ ਬੜਾ ਖ਼ਤਰਾ ਸੀ ਬਹੁਤ ਆ ਕਿਉਂਕਿ ਚੱਲਦੇ ਟਰਾਲੇ ਤੇ ਸ਼ੂਟ ਹੋ ਰਿਹਾ ਸੀ ਸਾਰਾ ਤਾਂ ਹਰ ਵਾਰ ਕੋਸ਼ਿਸ਼ ਰਹਿੰਦੀ ਆ ਕਿ ਨਵਾਂ ਕਰੀਏ ਕੁਝ ਡਿਫਰੈਂਟ ਕਰੀਏ ਤੇ ਫਿਰ ਡਿਫਰੈਂਟ ਕਰਦੇ ਵੀ ਤਾਂ ਮੈਂ ਕਹਿੰਨਾ ਉਹ ਅਕਸਰ ਜਦੋਂ ਫਿਲਮ ਦੀ ਕਿਸੇ ਦਾ ਇੰਟਰਵਿਊ ਹੁੰਦੀ ਹੈ ਵੀ ਟਰਾਲੀਆਂ ਭਰ-ਭਰ ਕੇ ਜਾਵੇ ਤੇ ਇੱਥੇ ਟਰਾਲੀਆਂ ਭਰ-ਭਰ ਕੇ ਗੀਤ ਆਉਣ ਲੱਗ ਗਏ ਫਿਰ ਹਾਂਜੀ ਹਾਂਜੀ ਬਾਕੀ ਫਿਰ ਆਹ ਜਿਹੜਾ ਪਿੰਡ ਦੇ ਘੇੜੇ ਆ ਇਹ ਮੈਨੂੰ ਨਹੀਂ ਪਤਾ ਰੱਬ ਨੇ ਆਪਣੇ ਆਪ ਹੀ ਜਦਦਾ ਕਮਾ ਦਿੰਦੇ ਨਾ ਗੇਮ ਜੀ 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 ਉਦਾਂ ਹੋ ਗਿਆ ਕਿਉਂਕਿ ਬਹੁਤ ਸਿੰਪਲ ਮੇਰੇ ਖਿਆਲ ਮੈਂ ਕਦੇ ਜ਼ਿਕਰ ਨਹੀਂ ਕੀਤਾ ਕਿਸੇ ਹੋਰ ਇੰਟਰਵਿਊ ਦੇ ਵਿੱਚ ਇਹਦੇ ਜਿਹੜੇ ਮੈਂ ਸੂਟ ਪਾਏ ਆ ਮੇਰੇ ਸੂਟ ਦੀ ਬਹੁਤ ਤਾਰੀਫ ਹੋਈ ਕਿ ਤੁਹਾਡੇ ਮੈਂ ਇੱਕ ਰੇਡੀਓ ਤੇ ਇੰਟਰਵਿਊ ਕਰ ਰਹੀ ਸੀ ਤੇ ਮੈਨੂੰ ਕਾਲਸ ਆਈਆਂ ਵਿੱਚ ਉਹਨਾਂ ਨੇ ਕਾਲਸ ਲਈਆਂ ਤੇ ਕਹਿੰਦੇ ਬੇਟਾ ਜਿਹੜੇ ਤੁਹਾਡੇ ਸੂਟ ਪਾਏ ਹੋਏ ਆ ਵੀਡੀਓ ਦੇ ਵਿੱਚ ਕਹਿੰਦੇ ਸਾਡੇ ਬੱਚੇ ਕਹਿੰਦੇ ਮਮਮੀ ਐਦਾਂ ਦਾ ਸੂਟ ਲੈਣਾ ਅੱਛਾ ਜੀ ਤੇ ਕਹਿੰਦੇ ਤੁਹਾਡੀ ਥੋੜੀ ਡ्रेसਿੰਗ ਬਹੁਤ ਅੱਛੀ ਆ ਤੁਸੀਂ ਬਹੁਤ ਮਤਲਬ ਕਲਚਰ ਨੂੰ ਪ੍ਰੋਮੋਟ ਕਰਦੇ ਹੋ ਸੋ ਇੱਕ ਇੱਕ ਉਹ ਵੀ ਚੀਜ਼ ਨਾਲ ਜੁੜੀ ਹੋਈ ਆ ਤੁਸੀਂ ਆਪਣੀ ਲਿਮਿਟਸ ਦੇ ਵਿੱਚ ਰਹਿ ਕੇ ਕਿਸ ਤਰ੍ਹਾਂ ਕੰਪੀਟੀਸ਼ਨ ਨੂੰ ਵੀ ਬੀਟ ਕਰਨਾ ਤਾਂ ਹਰ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋ ਸੋ ਆ ਚੀਜ਼ ਹੈ ਪਰ ਉਹ ਜਿਹੜੇ ਮੈਂ ਸੂਟਾਂ ਦੀ ਗੱਲ ਕਰਨ ਲੱਗੀ ਆ ਇੱਕ ਸੂਟ ਤਾਂ ਮੈਂ ਆਪਣੇ 2 ਸਾਲ ਪਹਿਲਾਂ ਦਾ ਪਾਇਆ ਸੀਗਾ ਅੱਛਾ ਜੀ ਜਿਹੜਾ ਮੈਂ ਆਲਰੇਡੀ ਗਰਮੀਆਂ ਚ ਕਿਹਾ ਹਾ ਦਿੰਦਾ ਨਾ ਬੰਦਾ ਪਾ ਪਾ ਕੇ ਅੱਛਾ ਤੇ ਉਹ ਮੈਂ ਬਹੁਤ ਦੋ ਸੂਟ ਤਾਂ ਮੈਂ ਆਪਣੇ ਪੁਰਾਣੇ ਹੀ ਪਾਏ ਤੇ ਇੱਕ ਸੂਟ ਜਿਹੜਾ ਸਿੰਘਪਾਰ ਚ ਰੈੱਡ ਕਲਰ ਦਾ ਹੈਗਾ ਉਹ ਮੈਂ ਨਵਾਂ ਸਟਿਚ ਕਰਾਇਆ ਸੀ ਸੋ ਮੈਂ ਉਹੀ ਕਹਿ ਰਹੀ ਆ ਕਿ ਰੱਬ ਜਦੋਂ ਘਮਾ ਦਿੰਦਾ ਗੇਮ ਨੂੰ ਬੜਾ ਸਿੰਪਲ ਜਿਹਾ ਰੱਖਿਆ ਇਸ ਕੋਈ ਹੈਅ ਸਟਾਈਲ ਤੇ ਮੈਂ ਕੋਈ ਵੱਖਰਾ ਕੋਈ ਐਫਰਟ ਨਹੀਂ ਕੀਤਾ ਮੇਕਅਪ ਤੇ ਕੋਈ ਵੱਖਰਾ ਐਫਰਟ ਨਹੀਂ ਕੀਤਾ ਪਰ ਉਸੇ ਲੁੱਕ ਨੂੰ ਸਾਬ ਨੇ ਬਹੁਤ ਅਪਰੀਸ਼ੀਏਟ ਕੀਤਾ ਨੋ ਡਾਊਟ ਨੋ ਡਾਊਟ ਦੇ ਲੋਕੋ ਇਹ ਚੀਜ਼ ਕੀਤੀ ਹੋਵੇ ਤਾਂ 올ਡ ਇਜ਼ ਗੋਲਡ ਬਣ ਜਾਂਦਾ ਕਿ ਬਸ ਇਹ ਜ਼ਰੂਰ ਹੈ ਕਿ ਜਦੋਂ ਵੀ ਇਹ ਗਾਣਾ ਕਰਨਾ ਕਿਉਂਕਿ ਨਰਿੰਦਰ ਬਾਠਵੈ ਨੂੰ ਉਹਨਾਂ ਨੂੰ ਬਹੁਤ ਕੌਨਫੀਡੈਂਸ ਸੀਗਾ ਤੇ ਇੱਕ ਉਹ ਮੈਨੂੰ ਜਦੋਂ ਵੀ ਕਹਿੰਦੇ ਸੀ ਕਹਿੰਦੇ ਭੈਣੇ ਗਾਣਾ ਜਲਦੀ ਰਿਲੀਜ਼ ਕਰੋ ਕਹਿੰਦੇ ਜਿੱਦਨ ਗਾਣਾ ਆ ਗਿਆ ਮੈਂ ਲੱਖ ਰੁਪਏ ਕਰ ਦੇਣਾ ਆਪਣਾ ਰਾਈਟ ਤੇ ਮੈਂ ਲੱਖ ਲੈਣਾ ਤੇ ਅੱਜ ਉਹ ਲੱਖ ਲੈ ਰਹੇ ਆ ਵਾਕਿ ਲੱਖ ਤੋਂ ਉੱਪਰ ਵਾਲੇ ਕੰਮ ਕਰਦੇ ਨੇ ਉਹਨੂੰ ਐਡੇ ਪਿਆਰੇ ਪਿਆਰੇ ਗੀਤ ਲਿਖੇ ਨਰ ਵੀ ਕਲਚਰ ਨੂੰ ਵੀ ਕਈ ਵਾਰ ਆਪਣਾ ਮੱਦੇਨਜ਼ਰ ਰੱਖ ਕੇ ਆਪਣੀ ਕਲਮ ਨੂੰ ਚੱਕਦੇ ਨੇ ਯੂਥ ਨੂੰ ਵੀ ਉਹਨਾਂ ਨੂੰ ਦੇਖਣਾ ਪੈਂਦਾ ਤੇ ਵੱਖਰਾ ਲਿਖਦੇ ਹੋਰ ਵੀ ਬਹੁਤ ਵਧੀਆ ਲੇਖਕ ਹੈਗੇ ਆ ਵਧੀਆ ਰਾਈਟਰ ਹੈਗੇ ਆ ਪਰ ਉਹਨਾਂ ਦੀ ਇੱਕ ਉਹਨਾਂ ਦੀ ਲੇਖਣੀ ਵੱਖਰੀ ਆ ਨੋ ਡਾਊਟ ਨੋ ਡਾਊਟ ਜਿਹੜੇ ਵੀ ਗੀਤ ਲਿਖਿਆ ਹੁਣ ਤੱਕ ਮੇਰੇ ਕਾ ਸੁਪਰ ਡੂਪਰ ਹਿੱਟ ਗਏ ਨੇ ਆਲਮੋਸਟ ਆਈ ਥਿੰਕ ਸਾਰੇ ਹੀ ਸੁਪਰ ਹਿੱਟ ਗਏ ਬਿਲਕੁਲ ਬਿਲਕੁਲ ਅਸੀਂ ਜਦੋਂ ਆਪਣਾ ਵੀਡੀਓ ਸ਼ੂਟ ਹੁੰਦਾ ਸੀਗਾ ਤੇ ਹੁਣ ਜਿਹੜੇ ਡਾਇਰੈਕਟਰਸ ਆ ਉਹ ਵੀ ਤੁਹਾਡੇ ਜਿਹੜੇ ਵੀਡੀਓ ਡਾਇਰੈਕਟਰਸ ਨੇ ਕਿਨੇ ਟੀਮ ਹੈਗੀ ਉਹ ਵੀ ਆਪਣੇ ਘਰ ਦੀ ਟੀਮ ਹੈ ਸਾਰੇ ਤੁਹਾਡੀ ਹਾਂ ਜੀ ਛੋਟੇ ਭਰਾ ਹੀ ਹੈ ਛੋਟੇ ਬ੍ਰਦਰ ਨੇ ਤੁਹਾਡੇ ਤਾਂ ਉਹਨਾਂ ਨਾਲ ਕਦੇ ਨੁਕਤਾ ਚ ਨਹੀਂ ਨਹੀਂ ਹੋਈ ਹੈਗੀ ਉਹਨਾਂ ਨੇ ਕਿਹਾ ਜੀ ਸਿਸਟਰ ਐਦਾਂ ਕਰਨਾ ਪੈਣਾ ਐਦਾਂ ਕਰਨਾ ਤੇ ਤੁਸੀਂ ਕਿਹਾ ਹੋਲੇ ਨਹੀਂ ਮੈਂ ਐਦਾਂ ਕਰਾਂ ਬਸ ਇੱਕੋ ਗੱਲ ਕਹਿੰਦਾ ਟਾਈਮ ਤੇ ਆਜਿਆ ਕਰੋ ਹਾਂ ਅੱਛਾ ਤੇ ਅਸੀਂ ਸਰਦੀਆਂ ਸ਼ੂਟ ਕੀਤਾ ਸੀਗਾ ਕਰਦੇ ਕਰਦੇ ਸ਼ੁਰੂ ਤੇ ਸਾਡਾ ਥੋੜਾ ਟਾਈਮ ਲੱਗ ਗਿਆ ਤੇ ਇਸ ਵੀਡੀਓ ਚ ਇੱਕ ਹੋਰ ਚੀਜ਼ ਮੇਰੇ ਲਈ ਬਹੁਤ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਜਨ ਸਵਾੜਾ ਅੰਕਲ ਉਹ ਵੀ ਇਸ ਵੀਡੀਓ ਦੇ ਵਿੱਚ ਉਹਨਾਂ ਨੇ ਫਾਦਰ ਦਾ ਰੋਲ ਕੀਤਾ ਸੋ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਸੀ ਕਿ ਉਸ ਉਹ ਫੈਮਲੀ ਨਾਲ ਮੇਰਾ ਬਹੁਤ ਪਿਆਰ ਆ ਤੇ ਉਹ ਅੰਕਲ ਤੇ ਆਂਟੀ ਦੋਨੋਂ ਇਸ ਵੀਡੀਓ ਦੇ ਵਿੱਚ ਆਏ ਔਰ ਹਰ ਇੱਕ ਨੇ ਉਸ ਵੀਡੀਓ ਦੇ ਵਿੱਚ ਇਵਨ ਸਵਾਲਾ ਪਿੰਡ ਚ ਅਸੀਂ ਸ਼ੂਟ ਕੀਤਾ ਸੀ ਤੇ ਸਵਾਲਾ ਪਿੰਡ ਨੂੰ ਤਾਂ ਚਾਹੀ ਚੜ ਗਿਆ ਸਾਡੇ ਪਿੰਡ ਚ ਪਹਿਲੀ ਵਾਰੀ ਕੋਈ ਸ਼ੂਟਿੰਗ ਕਰਨ ਆਇਆ ਤੇ ਸਾਰੇ ਪਿੰਡ ਨੇ ਵੀ ਬਹੁਤ ਉਤਸਾਹ ਦਿੱਤਾ ਉਥੇ ਇਵਨ ਇਹ ਸੀਗਾ ਕਿ ਪ੍ਰੋਡਕਸ਼ਨ ਤੇ ਚੱਲੋ ਹੁੰਦੀ ਹੁੰਦੀ ਆ ਨਾਲ ਉਥੋਂ ਦੇ ਪਿੰਡ ਦੇ ਮੁੰਡੇ ਅਸੀਂ ਕਰਾਈਏ ਜੀ ਕੋਈ ਹੈਲਪ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਉਥੇ ਸ਼ੂਟ ਕਰਨ ਦਾ ਬਸ ਬਾਕੀ ਜੋ ਕਰਦਾ ਪਰਮਾਤਮਾ ਕਰਦਾ ਤੇ ਉਹਦਾ ਰਿਜ਼ਲਟ ਬਹੁਤ ਅੱਛਾ ਮਿਲਦਾ ਉਹ ਸਾਰਾ ਉਹਦੇ ਹੱਥ ਵਿੱਚ ਹੁੰਦਾ ਐਟ ਦ ਐਂਡ ਆਫ ਦਿ ਡੇ ਅਜਾ ਸਟਾਈਲਿੰਗ ਵੀ ਆਪਾਂ ਗੱਲ ਕਰ ਰਹੇ ਸੀਗੇ ਕਿ ਰੁਪਿੰਦਰ ਹਾਂਡਾ ਨੂੰ ਬ੍ਰਾਂਡਸ ਪਾਉਣੇ ਦਾ ਸ਼ੌਂਕ ਹੈਗਾ ਨਹੀਂ ਹੈਗਾ ਨਹੀਂ ਇਹ ਤੁਹਾਡੀ ਫੀਮੇਲ ਜਿਹੜੀ ਫੈਨਸ ਆ ਉਹਨਾਂ ਲਈ ਹੈ ਮਤਲਬ ਨਹੀਂ ਮੈਂ ਬ੍ਰਾਂਡ ਕੌਨਸ਼ੀਅਸ ਨਹੀਂ ਆ ਕਿ ਟੌਮੀ ਪਾਣਾ ਹੈ ਜਾਂ ਕੋਈ ਹੋਰ ਬ੍ਰਾਂਡ ਪਾਉਣਾ ਹੈ ਵਧੀਆ ਹੋਣਾ ਚਾਹੀਦਾ ਜੋ ਤੁਹਾਡੇ ਤੇ ਸੂਟ ਕਰੇ ਤੁਹਾਨੂੰ ਤੁਸੀਂ ਪਾ ਕੇ ਕੰਫਰਟੇਬਲ ਹੋ ਔਰ ਮੇਰੇ ਸਾਬ ਨਾਲ ਮੈਂ ਮੈਂ ਜੋ ਫੀਲ ਕਰਦੀ ਆ ਤ ਤੁਹਾਨੂੰ ਕੋਈ ਤਾਂ ਅਪਰੀਸ਼ੀਏਟ ਕਰੇਗਾ ਜਾਂ ਤੁਹਾਨੂੰ ਤਾਂ ਕੰਪਲੀਮੈਂਟ ਦੇਗਾ ਜਦੋਂ ਤੁਸੀਂ ਆਪਣੇ ਆਪ ਨੂੰ ਦਿੰਨੇ ਆ ਰਾਈਟ ਬਿਲਕੁਲ ਸਹੀ ਗੱਲ ਆ ਜਦੋਂ ਤੁਹਾਨੂੰ ਲੱਗਦਾ ਕਿ ਆਹ ਪਾ ਕੇ ਮੈਂ ਸੋਹਣੀ ਲੱਗ ਰਹੀ ਆ ਜਾਂ ਮੈਂ ਸੋਹਣਾ ਲੱਗ ਰਿਹਾ ਥੈਟ ਮੀਨ ਦੂਜੇ ਦੂਜੇ ਦੀ ਅੱਖਾਂ ਨੂੰ ਵੀ ਤੁਸੀਂ ਚੰਗੇ ਲੱਗ ਰਹੇ ਆ ਬਿਲਕੁਲ ਸਹੀ ਗੱਲ ਹੈ ਅੱਛਾ ਤੇ ਸਭ ਤੋਂ ਵੱਧ ਕਿਹਨੂੰ ਸਰਾਉਨੇ ਹੋ ਤੁਸੀਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਐਜ਼ ਐਨ ਐਕਟਰਸ ਨੀਰੂ ਬਾਜਵਾ ਹਾਂ ਹਾਂ ਤੇ ਬਾਲੀਵੁੱਡ ਦੇ ਵਿੱਚ ਕਾਜੋਲ ਹਾਂ ਕਦੇ ਹੁੰਦਾ ਸੀਗਾ ਵੀ ਉਹਨਾਂ ਵਰਗਾ ਮੈਂ ਸਟਾਈਲ ਆਈਕਨ ਬਣਨਾ ਹੈਗਾ ਕਦੇ ਵੀ ਜਾਂ ਉਹਨਾਂ ਵਾਂਗੂ ਸਟਾਈਲਿੰਗ ਕਰਨੀ ਹੈ ਅ ਨਹੀਂ ਮੈਂ ਐਕਚੁਅਲੀ ਇੰਨੀ ਫੈਸ਼ਨ ਫਰੀਕ ਨਹੀਂ ਆ ਕਿ ਮੈਂ ਫੋਲੋ ਨਹੀਂ ਕਰਦੀਗਾ ਨਹੀਂ ਤਾਂ ਕੁੜੀਆਂ ਹੁੰਦੀਆਂ Google ਤੇ ਸਰਚ ਕਰਦੀਆਂ ਰਹਿੰਦੀਆਂ ਅੱਜ ਕਿਹੜਾ ਸਟਾਈਲ ਇਨ ਹੈਗਾ ਕਿਹੜਾ ਅੱਜਕੱਲ ਮਤਲਬ ਚਰਚਾ ਚ ਹੈਗਾ ਤੇ ਆਪਾਂ ਉਹੀ ਪਾਉਣਾ ਮੈਂ ਹਮੇਸ਼ਾ ਡਿਫਰੈਂਟ ਹੀ ਰਹੀ ਆ ਮੈਂ ਜੋ ਮੈਨੂੰ ਚੰਗਾ ਲੱਗਦਾ ਔਰ ਸਿੰਪਲ ਜਿਹਾ ਜਿਹੜਾ ਮੈਂ ਕੈਰੀ ਕਰ ਸਕਦੀ ਆ ਚੀਜ਼ ਮੈਂ ਉਹੀ ਕੱਪੜਾ ਪਾਉਣੀ ਆ ਉਹੀ ਸਟਾਈਲ ਪਾਉਣੀ ਆ ਉਗੇ ਤੁਹਾਡੇ ਜਿਹੜੇ ਗੀਤ ਐ ਮੈਂ ਤਾਂ ਜਿੱਦਾਂ ਜ਼ਿਕਰ ਕੀਤਾ ਪਿੰਡ ਦੇ ਕਿਹੜੇ ਮੈਨੂੰ ਬੜਾ ਚੰਗਾ ਲੱਗਦਾ ਗੀਤ ਐ ਬਟ ਤੁਹਾਨੂੰ ਜਿਹੜਾ ਪਰਸਨਲੀ ਬਹੁਤ ਵਧੀਆ ਗਾਣਾ ਲੱਗਿਆ ਹੁਣ ਤੱਕ ਦਾ ਆਪਣਾ ਤੇ ਨਾਲੇ ਜਿਹਦੀ ਬੈਕ ਟੂ ਬੈਕ ਡਿਮਾਂਡ ਆਉਂਦੀ ਐ ਜਦੋਂ ਚੇਂਜ ਕਰਦੇ ਹਾਂ ਹਾਂਜੀ ਦੋ ਗਾਣੇ ਐ ਹਾਂਜੀ ਦੋ ਨਹੀਂ ਐਕਚੁਅਲੀ ਤਿੰਨ ਗਾਣੇ ਐ ਹਮ ਹਮ ਆ ਨਾਰੂਸ ਦੀ ਓਕੇ ਜੇ ਤੂੰ ਨਹੀਂ ਸੀ ਮਨਾਉਣਾ ਵੇ ਮੈਂ ਨਾਰੂਸ ਦੀ ਜੰਮਿਵਾਰ ਮਰਜ਼ੀ ਸੁਣ ਲਈਏ ਉਹ ਅੱਜ ਵੀ ਫਰੈਸ਼ ਲੱਗਦਾ ਜੀ ਆ ਦੂਸਰਾ ਗਾਣਾ ਐ ਸਾਨੂੰ ਤੇਰੇ ਦੁੱਖ ਨੇ ਲੈ ਬੈਣਾ ਓਕੇ ਔਰ ਤੀਸਰਾ ਪਿੰਡ ਦੇ ਕਿਹੜੇ ਜਿਨ੍ਹਾਂ ਦੇ ਵਿੱਚ ਖਾਸियत ਇਹ ਹੈਗੀ ਆ ਕਿ ਇਹਨਾਂ 'ਚ ਆਵਾਜ਼ ਮੇਰੀ ਜਿਹੜੀ ਹੋਰ ਵੀ ਗਾਣੇ ਹੈਗੇ ਆ ਸਭ 'ਚ ਵਧੀਆ ਹੈਗਾ ਪਰ ਇਹਦੇ 'ਚ ਆਵਾਜ਼ ਨਾ ਦਿਲ ਨੂੰ ਲੱਗਦੀ ਆ ਰਾਈਟ ਆਈ ਥਿੰਕ ਜਦੋਂ ਤੁਹਾਨੂੰ ਖੁਦ ਨੂੰ ਸੈਟੀਸਫੈਕਸ਼ਨ ਹੁੰਦੀ ਹੈ ਦਾ ਮਤਲਬ ਤੁਹ ਦੂਜੇ ਨੂੰ ਵੀ ਚੰਗਾ ਲੱਗ ਰਿਹਾ ਤੇ ਇਹੀ ਤਿੰਨ ਗੀਤ ਹੈਗੇ ਆ ਜਿਨ੍ਹਾਂ ਦਾ ਮੈਨੂੰ ਵਾਰ-ਵਾਰ ਆਉਂਦਾ ਹੈ ਕਿ ਬਹੁਤ ਸਾਨੂੰ ਵੀ ਬਹੁਤ ਪਸੰਦ ਹੈਗੇ ਆ ਤੇ ਹੁਣ ਸਟੇਜ ਦੇ ਥੱਲੋਂ ਦੀ ਡਿਮਾਂਡ ਤੇ ਉਧਰੋਂ ਕੈਮਰੇ ਦੇ ਪਰਲੀ ਸਾਈਡ ਤੋਂ ਡਿਮਾਂਡ ਸਾਰੇ ਗੀਤਾਂ ਦੀ ਆ ਰਹੀ ਹੈ ਕਿ ਨਹੀਂ ਹੁਣ ਤੁਹਾਡੇ ਦੇ ਉੱਤੇ ਕਿਹੜਾ ਗੀਤ ਸੁਣਾਉਣਾ ਫਿਰ ਇਹਨਾਂ ਨਾਲ ਨਾਰੂਜ਼ ਦੀ ਹਾਂਜੀ ਆਣਦਾ ਫਿਰ ਪਿਆਰ ਵਿੱਚ ਇਦਾਂ ਨਹੀਂ ਸਤੋਣਾ ਚਾਹੀਦਾ ਇੱਕਰ ਸਜਾਵੇ ਦੂਜੇ ਨੂੰ ਮਨਾਉਣਾ ਚਾਹੀਦਾ ਗੱਲ ਜਦਾਂ ਤੂੰ ਮੁਕਾ ਲਈਂ ਦਾ ਨਹੀਂ ਮੁੱਕਦੀ ਜੇ ਤੂੰ ਨਹੀਂ ਸੀ ਮਨਾਉਣਾ ਵੇ ਮਨਾਰਸ ਦੀ ਵੇ ਮਨਾਰਸ ਦੀ ਕਿਆ ਬਾਤ ਹੈ ਜੀ ਕਿਆ ਵਾਹ ਦੋਸਤੋ ਪੰਜਾਬ ਦੀ ਇਸ ਸੁਰੀਲੀ ਦੇ ਘੈਂਟ ਜੱਟੀ ਦੇ ਨਾਲ ਮੁਲਾਕਾਤ ਇਸੇ ਤਰ੍ਹਾਂ ਜਾਰੀ ਰਹੇਗੀ ਤੁਸੀਂ ਕਿਤੇ ਨਾ ਜਾਇਓ ਜੀ ਇੱਕ ਨਿੱਕੀ ਜਿਹੀ ਹੋਰ ਬ੍ਰੇਕ ਫਿਰ ਮਿਲਦੇ ਆਪਾਂ ਫਿਰ ਇੱਕ ਬਾਤ ਬ੍ਰੇਕਟਵਾਜੀ ਕਰਫੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪੀਟੀਸੀ ਸ਼ੋਕੇਸ ਦੇ ਵਿੱਚ ਤੇ ਅੱਪਾ ਮੁਲਾਕਾਤ ਕਰ ਰਹੇ ਹਾਂ ਜੀ ਅੱਜ ਰੁਪਿੰਦਰ ਹਾਂਡਾ ਜੀ ਦੇ ਨਾਲ ਰੁਪਿੰਦਰ ਜੀ ਤੁਹਾਡੇ ਗੀਤਾਂ ਬਾਰੇ ਅੱਪਾ ਜ਼ਿਕਰ ਕੀਤਾ ਗਿਆ ਕਿ ਨਹੀਂ ਜਿਹੜਾ ਹੁਣ ਲੇਟਸ ਸੁਪਰ ਡੂਪਰ ਹਿੱਟ ਜਾ ਰਿਹਾ ਹੈ ਅੱਗੇ ਜਿਹੜੇ ਫਿਚਰ ਚ ਆ ਰਹੇ ਉਹਨਾਂ ਬਾਰੇ ਵੀ ਅੱਪਾ ਗੱਲ ਕਰਨੀ ਹੈ ਕਿ ਨਹੀਂ ਤੇ ਇੱਕ ਹਲਕਾ ਜਿਹਾ ਜ਼ਿਕਰ ਪਿਛਲੇ ਸਟਾਈਲਿੰਗ ਦੇ ਵਿੱਚ ਮੇਰੇ ਖਿਆਲ ਸਾਰ ਹੈਗਾ ਸੀਗਾ ਕਿ ਆਪਣੇ ਆਪ ਨੂੰ ਫਿੱਟ ਰੱਖਣ ਦੇ ਲਈ ਹਿੱਟ ਰੱਖਣ ਦੇ ਲਈ ਤੇ ਰੁਪਿੰਦਰ ਹੰਡਾ ਜੀ ਕੀ ਕੁਝ ਕਰਦੇ ਨੇ ਨਹੀਂ ਵਾਹ ਕੁਝ ਖਾਸ ਨਹੀਂ ਕਰਦੀ ਅ ਬਾਕੀ ਫਿਟ ਮੈਂ ਤਾਂ ਕਿ ਗਲੇ ਗੁਲੇ ਕਰਕੇ ਵੀ ਆਪਾਂ ਚਾਹ ਲੈਂਦੀ ਆ ਦਹੀਂ ਵੀ ਖਾ ਲੈਂਦੀ ਆ ਅੱਛਾ ਤੇ ਮੈਂ ਕੋਈ ਪਰਹੇਜ਼ ਨਹੀਂ ਕਰਦੀ ਅ ਬਾਕੀ ਹਟ ਰੈਨ ਲਈ ਯੂਥ ਨੂੰ ਕੈਪਚਰ ਕਰਨਾ ਬਹੁਤ ਜ਼ਰੂਰੀ ਹੈ ਸੋ ਉਸ ਲਿਸਟ ਦੇ ਵਿੱਚ ਆਪਾਂ ਕੈਟ ਸਰਦਾਰ ਕੀਤਾ ਸੀਗਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਕੈਂਟ ਜਟੀਆਂ ਜੀ ਕਿਤੇ ਵੀ ਗੋਨੀਆਂ ਸਟੇਜ ਤੇ ਹਾਂ ਹਾਂ ਵੇਸ਼ਮਾਰ ਪਿਆਰ ਮਿਲਦਾ ਓਕੇ ਤੇ ਜਿਹੜਾ ਕੈਂਟ ਵਰਡ ਹੈ ਮੈਨੂੰ ਕਹਿੰਦਾ ਕਾਪੀ ਰਾਈਟਸ ਤੁਸੀਂ ਖਰੀਦ ਲੈ ਹੁਣੇ ਮਨ ਲੱਗ ਰਿਹਾ ਇਹੇ ਕਿ ਨਹੀਂ ਅਜੇ ਖਰੀਦ ਲੈ ਜਾਂ ਫਿਰ ਆਡੀਅנס ਨੇ ਦੱਸ ਦੇਣਾ ਨੈਕਸਟ ਇੰਟਰਵਿਊ ਚ ਉਹ ਵੀ ਦੱਸੂਗੀ ਅੱਛਾ ਇਹ ਵੀ ਗੱਲ ਹੈਗੀ ਹੁਣ ਇਹ ਮਤਲਬ ਸਰਪ੍ਰਾਈਜ਼ ਰੱਖਨੇ ਆ ਤੈਨੂੰ ਸਰਪ੍ਰਾਈਜ਼ ਹੈ ਸੋ ਰਾਈਟਸ ਆਪਾ ਆਪਣੇ ਕੋਲ ਆ ਹੁਣ ਜੀ ਓਕੇ ਜੀ ਓਕੇ ਕੀ ਬਾਤ ਹੈ ਤੇ ক্লোਜ਼ ਟੂ ਹਾਰਟ ਦਿਲ ਦੇ ਨੇੜੇ ਓਕੇ ਜੀ ਉਹਦੇ ਚ ਹੁਣ ਬਿਲਕੁਲ ਡਿਫਰੈਂਟ ਰੁਪੇਂਦਰ ਦਿਖੇਗੀ ਸਟਾਈਲਿੰਗ ਦੀ ਜੇ ਗੱਲ ਕਰੀਏ ਤਾਂ ਟੋਟਲ ਪਿੰਡ ਦੇ ਘੇੜੇ ਤੋਂ ਬਿਲਕੁਲ ਡਿਫਰੈਂਟ ਹੈ ਅੱਛਾ ਜੀ ਆ ਆਈ ਥਿੰਕ ਨੇੜੇ ਤੇੜੇ ਵੀ ਨਹੀਂ ਹੈਗਾ ਸਟਾਈਲਿੰਗ ਦੇ ਵਿੱਚ ਇੱਕ ਉਹਦੇ ਵਿੱਚ ਪਿੰਡ ਦੀ ਕੁੜੀ ਦਿਖਾਇਆ ਬਹੁਤ ਸਿੰਪਲ ਜੀ ਕੁੜੀ ਤੇ ਇਹਦੇ ਵਿੱਚ ਸਿੱਧਾ ਕੈਨੇਡਾ ਚਲੀ ਗਈ ਹੈ ਤੇ ਕੈਨੇਡੀਅਨ ਕੁੜੀ ਦਿਖਾਇਆ ਉਹਦੇ ਵਿੱਚ ਓਕੇ ਹਾਂਜੀ ਸੋ ਕੈਨੇਡਾ ਦੇ ਵਿੱਚ ਸ਼ੂਟ ਕੀਤਾ ਵੀਡੀਓ ਤੋਂ ਬਾਅਦ ਹੋਰ ਵੀ ਲਾਈਨਡ ਅਪ ਨੇ ਹਾਂਜੀ ਇਸ ਤੋਂ ਬਾਅਦ ਇੱਕ ਹੋਰ ਨਾਲ ਫਿਲਮਾਂ ਦਾ ਵੀ ਜੇ ਕੁਝ ਹੈਗਾ ਉਹ ਵੀ ਜ਼ਰੂਰ ਦੱਸਿਓ ਅ ਨਹੀਂ ਫਿਲਮਾਂ ਦਾ ਹਲੇ ਕੁਝ ਨਹੀਂ ਹੈਗਾ ਹੋਇਆ ਤਾਂ ਪਲੇਬੈਕ ਦਾ ਹੀ ਹੋਏਗਾ ਹਾਂਜੀ ਉਹਦਾ ਹਲੇ ਕੁਝ ਅੱਗੇ ਡੇਟਸ ਵਗੈਰਾ ਕੁਝ ਨਹੀਂ ਡਿਸਾਈਡ ਹੈਗੀਆਂ ਕਿਉਂਕਿ ਹੁਣ ਫਿਲਮਾਂ ਦਾ ਤੁਹਾਨੂੰ ਪਤਾ ਘਟ ਚੁੱਕਿਆ ਥੋੜਾ ਆਉਂਦੀਆਂ ਪਰ ਲਿਮਟਡ ਜੀਆਂ ਆ ਰਹੀਆਂ ਹਾਂਜੀ ਇੱਕਦਮ ਤਾਂ ਪਹਿਲਾਂ ਹੜੀ ਆ ਗਿਆ ਸੀ ਫਿਲਮਾਂ ਦਾ ਸਹੀ ਗੱਲ ਹੈ ਤੇ ਹੁਣ ਕਟਿਆ ਹੋਇਆ ਬਾਕੀ ਕਲੋਜ਼ ਟੂ ਹਾਰਟ ਤੋਂ ਬਾਅਦ ਇੱਕ ਬੀਟ Song ਰੈਡੀ ਆ ਤੇ ਉਹਦੇ ਲਈ ਥੋੜੀ ਤਿਆਰੀਆਂ ਚੱਲ ਰਹੀਆਂ ਆ ਉਹਦੀ ਵੀਡੀਓ ਹਲੇ ਸ਼ੂਟ ਕਰਨਾ ਸੀ ਆਡੀਓ ਰੈਡੀ ਆ ਦੇਸੀ ਰੂਟਸ ਨੇ ਕੀਤਾ ਉਹਦਾ ਆਡੀਓ ਜੋ ਹੁਣ ਆ ਰਿਹਾ ਰੁਪਨ ਕਾਲੋ ਜੀ ਨੇ ਕੀਤਾ ਕਲੋਜ਼ ਟੂ ਹਾਰਟ ਔਰ ਉਸ ਤੋਂ ਬਾਅਦ ਇੱਕ ਹੋਰ ਟਰੈਕ ਹੈਗਾ ਲਾਈਨ ਅਪ ਹੈਗੇ ਆ ਟਰੈਕ ਟਾਈਮ ਟੂ ਟਾਈਮ ਕਰਾਂਗੇ ਰਿਲੀਜ਼ ਉਹਨਾਂ ਨੂੰ ਟਵਿਨ ਬੀਟਸ ਮਿਊਜ਼ਿਕ ਡਾਇਰੈਕਟਰਸ ਹੈਗੇ ਆ ਯੂਕੇ ਤੋਂ ਉਹਨਾਂ ਨੇ ਕੀਤਾ ਉਹ ਵੀ ਉਹਦਾ ਵੀਡੀਓ ਵੀ ਰੈਡੀ ਪਿਆ ਤੇ ਜਲਦੀ ਕਰਾਂਗੇ ਮਤਲਬ ਇੱਕਦਾਂ ਵੀ ਫਾਇਰ ਹੋਣਿਆ ਠਾ 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 ਕਰਕੇ ਕਿਨੇ ਹਾਂਜੀ ਵਿੱਚ ਥੋੜਾ ਰੈਸਟ ਕੀਤਾ ਸੀਗਾ ਹਾਂਜੀ ਤੇ ਪਿੰਡ ਦੇ ਘਰੇ ਤੋਂ ਪਹਿਲਾਂ ਥੋੜਾ ਰੈਸਟ ਕਰ ਲਿਆ ਸੀਗਾ ਆ ਤੇ ਹੁਣ ਮੈਂ ਕਿਹਾ ਚਲੋ ਹੁਣ ਦੱਬ ਕੇ ਰੱਖੀਏ ਕੰਮ ਨੂੰ ਬਿਲਕੁਲ ਅੱਛਾ ਇੱਕ ਅੱਜਕੱਲ ਮੈਂ ਜਿੱਦਾਂ ਕਿਸੇ ਸਿੰਗਰ ਦੀ ਆਪਾਂ ਹੋਰ ਵੀ ਇੰਟਰਵਿਊ ਕਰਦੇ ਤਾਂ ਉਹ ਕਹਿੰਦੇ ਕਿ ਸੀਜ਼ਨ ਆਉਣ ਵਾਲਾ ਹੈ ਉਹਦੇ ਹਿਸਾਬ ਨਾਲ ਸਾਨੂੰ ਬੀਟ Song DJ Songs ਕਿ ਨਹੀਂ ਉਹ ਤਿਆਰ ਕਰਨੇ ਪੈਂਦੇ ਨੇ ਜਿ ਮੈਰਿਜਸ ਦਾ ਸੀਜ਼ਨ ਆਉਣ ਲੱਗਿਆ ਹੈ ਕਿ ਪਾਰਟੀਆਂ ਦਾ ਸੀਜ਼ਨ ਆਉਣ ਲੱਗਿਆ ਹੈ सेलिब्रेशंस ਦਾ ਕੀ ਤੁਸੀਂ ਵੀ ਉਹਨੂੰ ਮੱਦੇ ਨਜ਼ਰ ਰੱਖ ਕੇ ਕੁਝ ਗੀਤ ਤਿਆਰ ਕੀਤੇ ਨੇ ਹਾਂ ਜੀ ਕੁਝ ਨਾ ਕੁਝ ਇਦਾਂ ਦਾ ਹਰ ਸੀਜ਼ਨ ਦੇ ਵਿੱਚ ਕਰਨਾ ਹੀ ਪੈਂਦਾ ਕਿਉਂਕਿ ਇੰਦ ਐਂਡ ਸਾਨੂੰ ਜਿਹੜੇ ਸ਼ੋਜ਼ ਹੈਗੇ ਆ ਉਹ ਪੰਜਾਬ 'ਚ ਹੀ ਮਿਲਨੇ ਆ ਅਗਰ ਸੀਜ਼ਨ ਦੀ ਗੱਲ ਕਰੀਏ ਕਿਉਂਕਿ ਆਫ ਸੀਜ਼ਨ ਜਿਹੜਾ ਹੁੰਦਾ ਇੰਡੀਆ ਦੇ ਵਿੱਚ ਉਹ ਅਸੀਂ ਬਾਹਰ ਹੁੰਨੇ ਆ April ਤੋਂ ਲੈ ਕੇ June July ਤੱਕ ਸੋ ਉਹ ਉਧਰ ਦਾ ਸੀਜ਼ਨ ਹੁੰਦਾ ਤੇ ਇੱਧਰ ਦਾ ਸੀਜ਼ਨ ਹੁੰਦਾ ਵਿਆਹਾਂ ਦਾ ਸੋ ਵਿਆਹ ਦੇ ਵਿੱਚ ਜਦੋਂ DJ ਤੇ ਜਿਹੜਾ ਤੁਹਾਡਾ Song ਆ ਜਾਂਦਾ ਸਮਝੋ ਹਿੱਟ ਤੇ ਉਸ ਵਿਆਹ ओरिएंटेड ਇੱਕ ਗੀਤ ਅਸੀਂ ਕੀਤਾ ਜਿਹੜਾ ਟਵਿਨ ਬੀਚ ਦਾ ਮੈਂ ਦੱਸ ਰਹੀ ਹਾਂ ਤੁਹਾਨੂੰ ਉਹ ਬਿਲਕੁਲ ਵਿਆਹ ਦੇ ਮਾਹੌਲ ਦਾ ਗੀਤ ਹੈ ओके okay. तेस तो ਪਹਿਲਾਂ ਵੀ ਇੱਕ ਕੀਤਾ ਸੀ ਦੇ ਤਾੜੀ ਤੇ ਤਾੜੀ ਪਰ ਅਸੀਂ ਉਹਦੀ ਵੀਡੀਓ ਨਹੀਂ ਬਣਾ ਸਕੇ ਸੀ ਪਰ ਉਹ ਗਾਣਾ ਕਾਫੀ ਮਕਬੂਲ ਹੋਇਆ ਔਰ ਹਰ ਸਟੇਜ ਤੇ ਜਦੋਂ ਵੀ ਉਹ ਗਾਈਦਾ ਤਾਂ ਗਾਹ ਪੈ ਜਾਂਦਾ ਅੱਛਾ ਇਹ ਕੀ ਬਾਤ ਹੈ ਤੇ ਇਨ ਫਿਊਚਰ ਸੋਚ ਰਹੇ ਆ ਕਿ ਉਹਦੀ ਵੀਡੀਓ ਅਸੀਂ ਕਰਕੇ ਦੇ ਮਤਲਬ ਟਵਿਨ ਬ੍ਰਦਰਸ ਦਾ ਲੱਗ ਰਿਹਾ ਵੀ ਹੁਣ ਆ ਜਾਏਗਾ ਸੀਜ਼ਨ ਦੇ ਵਿੱਚ ਕਿ ਨਹੀਂ ਇਸੇ ਸੀਜ਼ਨ ਚ ਨਚਾਵਾਂਗੇ ਹਾਂਜੀ ਹਾਂ ਵੀ ਨਚਾਉਣਗੇ ਟਵਿਨ ਬ੍ਰਦਰਸ ਨਾਲ ਰਲ ਕੇ ਤੁਸੀਂ ਅੱਛਾ ਜੇ ਜਦੋਂ ਸ਼ੋਅਜ਼ ਕਰ ਲਈ ਬਾਹਰ ਜਾਂਦੇ ਹੋ ਕਾਫੀ-ਕਾਫੀ ਟਾਈਮ ਮਹੀਨੇ-ਮਹੀਨੇ ਤੁਹਾਨੂੰ ਦੂਰ ਰਹਿਣਾ ਪੈਂਦਾ ਤਾਂ ਸਭ ਤੋਂ ਜ਼ਿਆਦਾ ਕੀ ਨੂੰ ਮਿਸ ਕਰਦੇ ਹੋ ਫਿਰ ਸਭ ਤੋਂ ਜ਼ਿਆਦਾ ਜ ਆਪਣਾਪਨ ਹੁੰਦਾ ਆਈ ਥਿੰਕ ਉਹ ਇੰਡੀਆ ਟੀ ਹੈ ਹਾਂ ਹਾਂ ਬਾਹਰ ਹਰ ਇੱਕ ਬੰਦਾ ਆਪਣੇ ਆਪ ਚ ਮਸਤ ਹੈਗਾ ਕੰਮ ਚ ਰੁੱਝਿਆ ਹੋਇਆ ਓਕੇ ਉਹਨਾਂ ਦੀ ਵੀ ਗਲਤੀ ਨਹੀਂ ਹੈ ਕਿਉਂਕਿ ਇੱਥੋਂ ਦੀ ਮੇਰੇ ਖਿਆਲ ਜਦੋਂ ਇੰਡੀਆ ਛੱਡ ਕੇ ਜਾਂਦੇ ਆ ਤੇ ਸਿਰਫ ਇੱਕ ਮੁੱਖ ਜਿਹੜਾ ਮੁੱਦਾ ਹੁੰਦਾ ਉਹ ਪੈਸਾ ਹੁੰਦਾ ਕਿ ਅਸੀਂ ਕਮਾਉਣ ਜਾਣਾ ਤਾਂ ਉਹਨਾਂ ਦੀ ਵੀ ਗਲਤੀ ਨਹੀਂ ਹੈ ਤਾਂ ਸਾਰੇ ਆਪਣੀ ਆਪਣੀ ਲਾਈਫ ਚ ਬਿਜ਼ੀ ਹੁੰਦੇ ਆ ਉਹ ਆਪਣਾਪਨ ਭੁੱਲੀ ਜਾਂਦਾ ਹੈ ਬੰਦਾ ਤੇ ਉਹ ਉਹ ਚੀਜ਼ ਨੂੰ ਬੰਦਾ ਮਿਸ ਕਰਦਾ ਬਾਹਰ ਜਾ ਕੇ ਤੇ ਬਾਹਰ ਜਦੋਂ ਜਾਂਦੇ ਹੋ ਤਾਂ ਸਭ ਤੋਂ ਜ਼ਿਆਦਾ ਮਤਲਬ ਮਜ਼ਾ ਕਿਹੜੀ ਕੰਟਰੀ ਵਿੱਚ ਸ਼ੋਜ਼ ਕਰਨ ਦਾ ਹੁੰਦਾ ਕੈਨੇਡਾ ਹਾਂ ਸਭ ਤੋਂ ਜ਼ਿਆਦਾ ਮਰ ਪੰਜਾਬੀ ਭਰੇ ਰੱਜੇ ਪਏ ਆਈ ਥਿੰਕ ਉਹ ਦੂਜਾ ਪੰਜਾਬ ਹੈ ਅੱਛਾ ਜੀ ਹਾਂਜੀ ਤੇ ਪੰਜਾਬ 'ਚ ਵੀ ਹੁਣ ਉਸ ਤਰ੍ਹਾਂ ਦੇ ਮੇਲੇ ਨਹੀਂ ਲੱਗਦੇ ਜਿੱਦਾਂ ਦੇ ਹੁਣ ਉੱਥੇ ਲੱਗਦੇ ਆ ਜੀ ਮੈਂ ਮਤਲਬ ਕੋਈ ਡਿਫਰੈਂਸ ਇਨ ਇਨ ਵਿੱਚ ਡਿਫਰੈਂਸ ਨਹੀਂ ਅਸੀਂ ਕਰ ਸਕਦੇ ਕਿ ਉਹ ਬੈਟਰ ਹੈ ਜਾਂ ਉਹ ਬੈਟਰ ਹੈ ਪਰ ਇੱਥੇ ਵਾਲੀ ਆਡੀਅנס ਦੇ ਵਿੱਚ ਪਰਫਾਰਮ ਕਰਨਾ ਇੱਥੇ ਆਪਣਾ ਹੀ ਮਜ਼ਾ ਹੈ ਇਹ ਤਾਂ ਹੈ ਹੀ ਆ ਪਰ ਉੱਥੋਂ ਦੀ ਆਡੀਅנס ਥੋੜੀ ਸੋਫਿਸਟੀਕੇਟਿਡ ਹੈਗੀ ਆ ਉਹ ਥੋੜਾ ਇਦਾਂ ਦੇ ਗੀਤ ਸੁਣ ਕੇ ਰਾਜ਼ੀ ਹੈ ਕਿ ਜਿਹਦੇ ਵਿੱਚ ਕੁਝ मीनिंगफुल मीनिंगफुल ਗੀਤ ਹੋਣ ਓਕੇ ਔਰ ਇੱਥੇ ਸਾਡੇ ਮੰਢੀਰ ਹੁੰਦੀ ਆ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਭਾਲਦੀ ਹੈ ਹਰੇ ਗੀਤ ਦੇ ਵਿੱਚ ਕਹਿ ਸਕਿਆ ਉਹ ਐਕਚੁਅਲੀ ਕਲਚਰ ਦੇ ਨਾਲ ਜੁੜੀ ਚੀਜ਼ ਨੂੰ ਪਸੰਦ ਕਰਦੀ ਹੈ ਸਾਡੀ ਕਲਚਰ ਨੂੰ ਅਸੀਂ ਪ੍ਰਮੋਟ ਕਰੀਏ ਕਿਉਂਕਿ ਉਸ ਚੀਜ਼ ਤੋਂ ਵਾਂਝੇ ਆ ਉੱਥੇ ਦੂਰ ਹੁੰਦੇ ਆ ਤਾਂ ਉਹ ਜੀ ਉਸ ਚੀਜ਼ ਨੂੰ ਮਿਸ ਕਰਦੇ ਆ ਤਾਂ ਉਹ ਲੱਭਦੇ ਆ ਕਿ ਕੋਈ ਵੀ ਆਰਟਿਸਟ ਅਗਰ ਪੰਜਾਬ ਤੋਂ ਆ ਰਿਹਾ ਤਾਂ ਸਾਨੂੰ ਉਹ ਇੱਕ ਵਾਰੀ ਉਹ ਯਾਦ ਦਵਾ ਦੇ ਪੰਜਾਬ ਦੀ ਵਾਕਿਆ ਸਹੀ ਗੱਲ ਹੈ ਵੀ ਆਪਣੇ ਨਾਲ ਜਿਹੜੀ ਖੁਸ਼ਬੂ ਆ ਤਾਂ ਸਾਡੇ ਤੱਕ ਵੀ ਪਹੁੰਚੇ ਉਹ ਤੁਹਾਨੂੰ ਹਾਂਜੀ ਰਾਈਟ ਤੇ ਹੁਣ ਇਦਾਂ ਕੀ ਗੱਲਾਂ ਬਹੁਤ ਸਾਰੀਆਂ ਆਪਾਂ ਕਰ ਚੁੱਕੀਆਂ ਨੇ ਤੇ ਲਾਸਟਲੀ ਇਹ ਆ ਵੀ ਹਰ ਵਾਰ ਕੋਈ ਨਾ ਕੋਈ ਨਵਾਂ ਬੰਦਾ ਤੁਹਾਡੇ ਨਾਲ ਜੁੜਦਾ ਜਾਂਦਾ ਜਿਹਦਾ ਬੰਦਾ ਕਹਿੰਦਾ ਐਥ ਕੀ ਐਨੇ ਮੇਰੀ ਬਹੁਤ ਹੈਲਪ ਕੀਤੀ ਹੈ ਮੇਰੀ ਬਹੁਤ ਸਪੋਰਟ ਕੀਤੀ ਹੈ ਕਿ ਨਹੀਂ ਉਹ ਕੌਣ ਨੇ ਜਿਨ੍ਹਾਂ ਦਾ ਥੈਂਕਸ ਤੁਸੀਂ ਇਸ ਵਕਤ ਵੀ ਕਰਨਾ ਚਾਹੁੰਗੇ ਆ ਆਬਵੀਅਸਲੀ ਮੇਰੇ ਬ੍ਰਦਰ ਹਮ ਹਮ ਆ ਜਿਹੜੇ ਮੇਰੇ ਨਾਲ ਹਰ ਵੇਲੇ ਰਹਿੰਦੇ ਆ ਜੀ ਤੇ ਵੱਡੇ ਤੋਂ ਲੈ ਕੇ ਛੋਟੇ ਤੱਕ ਅੱਛਾ ਜੀ ਚਾਰ ਬ੍ਰਦਰ ਐ ਚਾਰੋਂ ਮੇਰੇ ਨਾਲ ਹੁੰਦੇ ਆ ਤੇ ਮੇਰੇ ਖਿਆਲ ਉਹਨਾਂ ਦੇ ਬਿਨਾ ਬੰਦਾ ਸੋਚ ਵੀ ਨਹੀਂ ਸਕਦਾ ਕਿ ਕੁਝ ਪੋਸਿਬਲ ਉਹਨਾਂ ਦੇ ਬਿਨਾ ਜੱਟੀ ਘੈਂਟ ਜੱਟੀ ਨਹੀਂ ਹੈਗੀ ਫਿਰ ਕਿਹਨੇ ਹਾਂਜੀ ਉਹਨਾਂ ਦੇ ਬਿਨਾ ਜੱਟੀ ਘੈਂਟ ਜੱਟੀ ਨਹੀਂ ਹੈਗੀ ਕਿਉਂ ਘੈਂਟ ਤਾਂ ਭਰਾਵਾਂ ਨਾਲ ਹੀ ਹੁੰਦੀ ਹੈ ਭਰਾਵਾਂ ਨਾਲ ਹੀ ਹੋਣਾ ਵਾਕੇ ਜੀ ਵਾਕੇ ਅੱਛਾ ਤੇ ਹੁਣ ਘੈਂਟ ਦੀ ਗੱਲ ਚੱਲ ਰਹੀ ਤਾਂ ਘੈਂਟ ਸਰਦਾਰ ਫਿਰ ਕਿੱਥੇ ਪਿੱਛੇ ਰਹਿ ਸਕਦਾ ਹੈ ਕਿ ਨਹੀਂ ਬਿਲਕੁਲ ਤੇ ਜਾਂਦੇ ਆਂਦੇ ਮੈਂ ਚਾਹੁੰਨਾ ਕਿ ਇਹ ਗੀਤ ਸਾਰਿਆਂ ਲਈ ਹੋ ਜਾਏ ਜ਼ਰੂਰ ਦੇਸੀ ਬੇਟ ਕਰਕੇ ਰੀਪੀਟ ਲਾਦਮੀ ਯਮਲੇ ਦਾ ਹਿੱਟ ਕੋਈ ਗੀਤ ਲਾਦਮੀ ਦੇਸੀ ਬੇਟ ਕਰਕੇ ਰੀਪੀਟ ਲਾਦਮੀ ਯਮਲੇ ਦਾ ਹਿੱਟ ਕੋਈ ਗੀਤ ਲਾਦਮੀ ਅੱਜ ਨਟਣਾ 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 ਪੰਬੂਕੇ ਵਾਂਗੂ ਮਟਣਾ ਬਹਾਨਾ ਕੋਈ ਦਿਲ ਪਾਲਦਾ ਛੂਟ ਦਰ ਜੇ ਤੋ ਫਿੱਟ ਮੈਸਵਾਲਿਆਂ ਚ ਨਾਵੇ ਤੇਰੀ ਪੱਗ ਨਾਲ ਦਾ ਛੂਟ ਦਰ ਜੀ ਤੋ ਫਿੱਟ ਮੈਸਵਾਲਿਆਂ ਚ ਨਾਵੇ ਤੇਰੀ ਪੱਗ ਨਾਲ ਦਾ ਵਾਹ ਜੀ ਵਾਹ ਵਾਹ ਜੀ ਇੱਥੇ ਫੀਲ ਆ ਜਾਂਦਾ ਇਹ ਅਖਾੜੇ ਤੇ ਜਿਵੇਂ ਲੱਗਿਆ ਨਾ ਤੁਸੀਂ ਏਕ ਚੱਕੀ ਆ ਪੂਰੀ ਨਾਲ ਦੀ ਨਾਲ ਥੈਂਕ ਯੂ ਵੈਲ ਵਾਕਿ ਬਹੁਤ ਵਧੀਆ ਲੱਗਿਆ ਤੁਹਾਡਾ ਹਮੇਸ਼ਾ ਹੀ ਤਰ੍ਹਾਂ ਗੱਲਾਂ ਬਾਤਾਂ ਇੱਥੇ ਸਾਂਝੀਆਂ ਕਰਕੇ ਤੇ ਜੇ ਲੋ ਦੁਆ ਹੈ ਕਿ ਜੋ ਵੀ ਤੁਸੀਂ ਚਾਹੁੰਦੇ ਹੋ ਪਰਮਾਤਮਾ ਤੁਹਾਨੂੰ ਉਹ ਦੇਵੇ ਤੁਹਾਡੀ ਮਿਹਨਤ ਨੂੰ ਫਲ ਲਾਵੇ ਹਮੇਸ਼ਾ ਦੀ ਤਰ੍ਹਾਂ ਤੇ ਜਿਹੜੇ ਤੁਹਾਡੇ ਪ੍ਰੋਜੈਕਟ ਸਾਰੇ ਚੜ੍ਹਦੀ ਕਲਾ ਵਿੱਚ ਰਹਿਣ ਉਹ ਵੀ ਥੈਂਕ ਯੂ ਜੀ ਔਰ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੂੰਗੀ ਤੁਹਾਡੀ ਮੂਵੀ ਆਈ ਸੀ ਹੁਣੇ लवली ਤੇ ਲਵਨੀ ਹਾਂਜੀ ਕੈਮ ਮੂਵੀ ਸੀਗੀ ਆ ਰੀਜ਼ਨ ਇੱਕ ਆ ਸੀਗਾ ਕਿ ਜਦੋਂ ਅਸੀਂ ਦੇਖਣ ਗਏ ਤੇ ਇਕੱਠੇ ਹੀ ਸੀਗੇ ਆਪਾਂ ਉੱਥੇ ਬਿਲਕੁਲ ਜੀ ਬਿਲਕੁਲ ਉਦੇ ਵਿੱਚ ਮੇਰੇ ਖਿਆਲ ਹਾਸਾ ਨਹੀਂ ਰੁਕਿਆ ਕੰਟੀਨਿਊਸਲੀ ਹੱਸ ਰਿਹਾ ਔਰ ਇਹੋ ਜਿਹਾ ਹਸੇ ਕਿ ਬੰਦਾ ਦੂਜਾ ਸੋਚਦਾ ਪਾਗਲ ਹੀ ਹੋ ਗਿਆ ਤਾਂ ਅੱਛੀ ਕੀ ਬਾਤ ਹੈ ਬਹੁਤ ਵਧੀਆ ਸੀਗਾ ਤੇ ਵਿਸ਼ ਯੂ ਗੁੱਡ ਲੱਕ ਥੈਂਕ ਯੂ ਸੋ ਮਚ ਤੁਸੀਂ ਇਹ ਸਰਾਇਆ ਨੰ ਜ਼ਿਕਰ ਕੀਤਾ लवली ਤੇ लवली ਦਾ ਇੱਥੇ ਸੋ ਥੈਂਕ ਯੂ ਸੋ ਵੈਰੀ ਮਚ ਓਦੇ ਲਈ ਥੈਂਕਸ ਟੂ ਯੂ ਐਂਡ ਥੈਂਕ ਯੂ ਪੀਟੀਸੀ ਥੈਂਕ ਯੂ ਜੀ ਬਹੁਤ ਬਸ਼ੁਕਰੀਆ ਥੈਂਕ ਯੂ ਬਸ਼ੁਕਰੀਆ